ਗਾਣਾ ਵੀ ਅਜੀਬ ਹੀ ਚੱਲਦਾ ਸੀ ਅਜ਼ੀਮ ਸ਼ਾਨ ਵਾਸਾ ਫਰਮਾਨਵਾ ਗੱਡਰ ਦੇ ਉੱਤੇ ਗਲੋ ਕੇ ਨਾ ਤੇ ਉਹਨੂੰ ਕਹਿ ਰਿਹਾ ਯਲਗਾਰ ਹੋ ਅਸਲਾਮ ਵਾਲੇ ਤੁਹਾਨੂੰ ਨਾਜ਼ਰੀਨ ਟੀ ਟਾਈਮ 'ਚ ਖੁਸ਼ ਆਮਦੀਦ ਭਰਵਾਂ ਹੋ ਗਿਆ ਕਹੋ ਜੀ ਨਾਜ਼ਰੀਨ ਮੇਨ ਅਤੇ ਬਾਕੀ ਚਾਰ ਪੱਕਾ ਇੱਥੇ ਦਾ ਇਹ ਬਾਕੀ ਫਸਲੀ ਬਟਾੜੇ ਮੈਂ ਮਰਚਾਂ ਤੇ ਗੱਲ ਕੀਤੀ ਨਾ ਤੇ ਇਹਨਾਂ ਨੇ ਕਹਿਣਾ ਵੀ ਯਾਰ ਤੈਨੂੰ ਲੱਗ ਜਾਣੀ ਆ ਯਾਰ ਇਹ ਮੇਨ ਤੇ ਅਸਿਸਟੈਂਸ ਆ ਮੇਨਟੇਨੈਂਸ ਮੈਂ ਮੇਨ ਸੋਚਾ ਇਹ ਮੇਨ ਸੋਚਾ ਸਾਰਾ ਚਲੋ ਜੀ ਤੇ ਅਸੀਂ ਮੈਂ ਇਕੱਲਾ 2000 ਆ ਮੈਂ ਮੇਨ ਆ ਇਹ ਲੈਨ ਆ ਸਾਰੇ ਮੇਨ ਲੈਨ ਮੈਂ ਲੋ ਜੀ ਨਾਦਰੀ ਨਹੀਂ ਸਾਹ ਜੀ ਤੁਸੀਂ ਹਵਾ ਹੋ ਮੈਂ ਸ਼ਾਪਰ ਆ ਵਾਹ 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 ਤੁਸੀਂ ਅਸਮਾਨ ਹੋ ਮੈਂ ਤਾਰਾ ਵਾਂ ਤੁਸੀਂ ਗੱਡੀ ਹੋ ਮੈਂ ਡਰਾਈਵਰ ਹਾਂ ਤੁਸੀਂ ਬਿੱਧ ਹੋ ਛੁਹਾਰਾ ਹੈ ਠੀਕ ਹੈ ਤੁਸੀਂ ਤੁਸੀਂ ਫਿੰਸੀ ਹੋ ਮੈਂ ਉੱਥੇ ਲਾਉਣ ਵਾਲੀ ਪੱਟੀ ਹਾਂ ਮੈਂ ਮੇਨ ਹਾਂ ਮੈਂ ਮੇਨ ਹਾਂ ਤੂੰ ਮੇਨ ਹੋਲ ਆਹੋ ਇਹ ਮੇਨ ਨੇ ਤੇ ਮੇਨ ਰੋਡ ਨੇ ਹਾਂ ਨਹੀਂ ਨਹੀਂ ਨਾਦਰੀਨ ਵੈਸੇ ਮੈਂ ਤਾਂ ਕੁਛ ਗੱਲਾਂ ਮੈਂ ਮਜ਼ਾਕ ਨਾ ਕਰਦਾ ਲੇਕਿਨ ਸੀਰੀਅਸ ਗੱਲ ਇਹ ਕਿ ਮੈਂ ਮੇਨ ਆ ਇੱਥੇ ਸਹੀ ਗੱਲ ਸ਼ੁਕਰ ਅਲਹਮਦੁਲਿਲਾ ਤੁਸੀਂ ਮੇਨ ਅਸੀਂ ਮੇਨ ਬਾਜ਼ਾਰ ਹਾਂ ਤੂੰ ਹੀ ਆ ਗਿਆ ਤੇਰੇ ਭਰਾ ਦਾ ਵਿਆਹ ਸੀ ਹਾਂਜੀ ਮਾਸ਼ਾਅੱਲਾ ਚਲੋ ਠੀਕ ਹੋ ਗਿਆ ਸਹੀ ਸਲਾਮਤ ਭਾਜੀ ਵਿਆਹ ਠੀਕ ਹੀ ਹੁੰਦਾ ਕਦੀ ਗਲਤ ਵੀ ਹੋਇਆ ਬੇਟਾ ਬੜੇ ਵਿਆਹਾਂ ਦੇ ਬੜੇ ਵਿਆਹਾਂ ਦੇ ਫਾਇਰਿੰਗ ਕਰਦੇ ਆ ਗੋਲੀ ਵੱਜਣ ਦੀ ਮੇਰੇ ਵਿਆਹ ਤੇ ਨਹੀਂ ਫਾਇਰਿੰਗ ਹੁੰਦੀ ਉਸਤਾਦ ਜੀ ਚਿੱਤਰੋ ਛਿੱਤਰੀ ਹੋਏ ਫਾਇਰਿੰਗ ਵਾਲੀ ਨਹੀਂ ਨਹੀਂ 15 to 35 ਤੱਕ ਮੈਨੂੰ ਛੁੱਟੀਆਂ ਉਸਤਾਦ ਜੀ ਸਾਡੇ ਵੀ ਸ਼ਾਦੀ 15 to 35 ਆਹੋ ਯਾਨੀ ਕਿ 5 ਤਰੀਕ ਤੱਕ ਕਿਹਦਾ ਵਿਆਹ ਵਾ ਉਸਤਾਦ ਜੀ ਮੇਰੇ ਰਿਲੇਟਿਵ ਨੇ ਨਹੀਂ ਨਹੀਂ ਕੁੜੀ ਦਾ ਕਿ ਮੁੰਡੇ ਦਾ ਇਹ ਲੜਕੀ ਦਾ ਝੂਠ 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 ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ਇਹਦਾ ਹੁੰਦਾ ਹੀ ਨਹੀਂ ਗੱਲ ਪਸੰਦ ਹੀ ਨਹੀਂ ਮੈਨੂੰ ਗੱਲ ਪਸੰਦ ਹੀ ਨਹੀਂ ਆਈ ਤੇਰੀ ਚਵਲਾ ਨਾ ਮਾਰ ਅੱਛਾ ਉਸਤਾਦ ਪਤਾ ਕੀ ਗੱਲ ਉਸਤਾਦ ਜੀ ਦੂਸਰੇ ਨੰਬਰ ਤੇ ਇੱਕ ਹੋਰ ਛੋਟੀ ਜਿਹੀ ਮੈਂ ਡਿਸਕਸ ਕਰਨੀ ਸੀ ਦੇਖੋ ਉਸਤਾਦ ਜੀ ਮਾਲਕ ਨੇ ਤੁਹਾਡੀ ਵਜ੍ਹਾ ਤੋਂ ਅੱਛਾ ਸਾਡੇ ਖਾਨਦਾਨਾਂ 'ਚ ਲੋਕੀ ਕਹਿੰਦੇ ਨੇ ਕਿ ਜੀ ਅਸੀਂ ਆਪਣੀ ਇਹ ਬੱਚੀ ਇਹਦੇ ਨਾਲ ਵਿਆਹੀਏ ਅਸੀਂ ਆਪਣਾ ਬੇਟਾ ਇਸ ਬੱਚੀ ਨੇ ਵਿਆਹ ਇਹ ਤਾਰਫ ਇਦਾਂ ਨਹੀਂ ਕਰਾਉਂਦੇ ਇਹ ਕਹਿੰਦੇ ਜੀ ਸਾਡੀ ਬੱਚੀ ਨੇ ਇਹਦੇ ਨਾਲ ਕਰ ਲਿਆ ਕਰ ਲਿਆ ਨਹੀਂ ਹੁਣ ਮੈਂ ਕੋਈ ਗੱਲ ਕਰਾਂ ਬੱਚੀ ਨੇ ਕਰਨਾ ਹੁੰਦਾ ਵਾ ਯਾਰ ਸਾਰਿਆਂ ਦੀਆਂ ਬੱਚੀਆਂ ਹੀ ਕਰਦੀਆਂ ਨੇ ਸਾਡੀ ਬੱਚੀ ਨੇ ਇਹਨਾਂ ਵਿਆਹ ਕਰ ਲਿਆ ਉਹ ਸਾਡੇ ਨਹੀਂ ਬੱਚੀ ਨੇ TCS ਕੀਤਾ ਵਾ ਬੱਚੀ ਨੇ ਮਾਸਟਰ ਕੀਤਾ ਫਲਾਣਾ ਇਹਨਾਂ ਤੇ ਦੱਸ ਦਿੰਦੇ ਇਹ ਬੱਚੀ ਨੇ ਮਰਜ਼ੀ ਕੀਤੀ ਓਏ ਚਬਲਾ ਨਾ ਮਾਰ ਸਾਡਾ ਇਹਨੇ BSA ਕੀਤੀ ਆ ਇਹਨੇ ਜਿਹੜਾ ਵਾ ਉਹ ਕੀ ਕਹਿੰਦੇ ਨੇ ਉਹਨੂੰ ਜਿਹੜਾ MPhil ਕੀਤਾ ਵਾ ਇਹਨੇ ਮਰਜ਼ੀ ਕੀਤੀ ਮਰਜ਼ੀ ਪੂਰੇ ਦਾ ਇੱਕ ਮੁੰਡਾ ਸੀਗਾ ਮਾਸਟਰ ਕੀਤਾ ਮਾਸਟਰ ਗਫੂਰ ਹਨਾ ਸਾਡੇ ਨਹੀਂ ਇਹ ਬੇਸਿਕ ਤੌਰ ਤੇ ਸਿਰਫ ਵੱਡੀ ਗੱਲਬਾਤ ਤੈਅ ਕਰਦੇ ਤੇ ਛੋਟੇ ਦੀ ਜ਼ਰੂਰਤ ਨਹੀਂ ਬੋਲ ਵੱਡੇ ਤੈਅ ਨਹੀਂ ਕਰਦੇ ਸਾਡੇ ਵੱਡੇ ਲੁਕੋਦੇ ਫਿਰਦੇ ਗੱਲ ਨੂੰ ਉਹਨੂੰ ਤੈਅ ਕਰਨਾ ਕਹਿੰਦੇ ਇਹ ਸਾਹ ਜੀ ਇਹ ਵੱਡੇ ਇਹਨਾਂ ਦੇ ਕਹਿਣ ਦੇ ਹੁੰਦੇ ਆਹ ਜਿਹੜੀ ਗੱਲ ਹੋਣ ਡਈ ਇਹ ਬਾਹਰ ਨਾ ਜਾਵੇ ਚਲੇ ਜਾਂਦੀ ਆ ਫਿਰ ਚਲੇ ਜਾਂਦੀ ਆ ਫਿਰ ਵੀ ਚਲੇ ਜਾਂਦੀ ਤੇਰੇ ਵਰਗੇ ਚਪਲ ਵਿੱਚ ਪੈਂਦੇ ਜਦੋਂ ਲੋਕਾਂ ਦੀ ਲੋਕੀ ਕਹਿੰਦੇ ਨੇ ਜੀ ਸਾਡੀ ਆ ਬੱਚੀ ਨੇ MPhil ਕੀਤਾ ਇਹਨੇ MA ਕੀਤਾ ਅੱਛਾ ਇਹਨੇ ਜਲਦੀ ਕੀਤੀ ਇਹਨੂੰ ਬਹੁਤ ਰੋਕਿਆ ਸੀ ਲੇਕਿਨ ਚਲੋ ਜਲਦੀ ਨਹੀਂ ਕੀਤੀ ਉਸਤਾਦ ਜੀ ਦੇਖੋ ਮੈਂ ਜੋ ਵੀ ਜ਼ਿੰਦਗੀ ਵਿਆਹ ਕੀਦਾ ਵਾ ਉਸਤਾਦ ਜੀ ਸਾਡੇ ਵਾਕਫ ਨੇ ਨਾ ਤੋਂ ਕੇ ਰਿਲੇਟਿਵ ਕਿਆ ਰਿਲੇਟਿਵ ਹੀ ਰਿਲੇਟਿਵ ਕਿਹਨੂੰ ਕਹਿੰਦੇ ਆ ਮੇਰੇ ਬਹਿਨੋਈ ਦੀ ਬੇਟੀ ਦੀ ਸ਼ਾਦੀ ਹੈ ਬਹਿਨੋਈ ਸਹੁਰਿਆਂ ਰਿਲੇਟਿਵ ਸਹੁਰਿਆਂ ਲੰਦੇ ਆ ਬਹਿਨੋਈ ਬਹਿਨੋਈ ਦੇ ਰਿਸ਼ਤੇਦਾਰ ਉਹਨਾਂ ਨੂੰ ਰਿਲੇਟਿਵ ਕਹਿੰਦੇ ਭਾਂਜੀ ਕਹਿ ਲਓ ਮੇਰੀ ਭਾਂਜੀ ਦੀ ਸ਼ਾਦੀ ਬਹਿਨੋਈ ਦੀ ਕਿਹਦੀ ਮੇਰੀ ਬਹਿਨੋਈ ਦੀ ਬੇਟੀ
ਜਿਸ ਲੈਵਲ ਤੇ ਮੈਂ ਅਲਹਮਦੁਲਿਲਾ ਹੈਗਾ ਮੈਨੂੰ ਉਸਤਾਦ ਜੀ ਇੱਕ ਮੈਨੇਜਰ ਚਾਹੀਦਾ ਆਪਣੀ ਜਾਤ ਵਾਸਤੇ ਮੈਨੇਜਰ ਦੇਖੋ ਯਾਰ ਮੇਰਾ ਵੀ ਖੁਆਇਸ਼ ਹੈ ਮੇਰੀਆਂ ਖੁਆਇਸ਼ਾਂ ਮੇਰਾ ਮੈਨੇਜਰ ਮੇਰਾ ਖਿਆਲ ਰੱਖੇ ਮੈਨੂੰ ਕਵੇ ਮੈਨੂੰ ਕੱਪੜੇ ਇਸਤਰੀ ਦੇਵੇ ਟਾਈਮ ਨਾ ਖਾਣਾ ਦੇਵੇ ਬੱਚਿਆਂ ਨੂੰ ਸਕੂਲ ਭੇਜੇ ਮੈਨੇਜਰ ਚਾਹੀਦਾ ਤੂੰ ਮੈਨੇਜਰ ਕੀ ਕਰਨਾ ਤੂੰ ਮੈਨੇਜ ਕਰ ਲਾ ਤੈਨੂੰ ਫਿੱਕੀਆਂ ਲੱਗਦੀਆਂ ਕਮੈਂਟ ਪੜਿਆ ਕਰ ਲੋਕੀ ਕਹਿੰਦੇ ਬਾਸ ਮਰਿਆ ਲੱਖ ਦਾ ਜਿੰਦਾ ਸਵਾ ਲੱਖ ਦਾ ਨਹੀਂ ਲੋਕੀ ਇਹ ਵੀ ਕਹਿੰਦੇ ਇਹਨੂੰ ਫ੍ਰੀ ਕਰ ਦੋ ਬੋਲਦਾ ਹੀ ਨਹੀਂ ਮੈਨੂੰ ਮੈਨੇਜਰ ਆਹੋ ਇਹ ਵੀ ਲੋਕਾਂ ਨੇ ਕਿਹਾ ਉਹਨਾਂ ਨੇ ਕਿਹਾ ਇਹਨੂੰ ਨਾ ਹੁਣ ਫਰਕ ਕਰ ਮੈਨੇਜਰ ਹੀ ਕਹਿੰਦੇ ਆ ਉਹਨੂੰ ਵੀ ਮੈਨੇਜਰ ਹੀ ਕਹਿੰਦੇ ਸਾਡੇ ਚ ਤਾਂ ਨਹੀਂ ਰੱਖਦੇ ਭਾਈ ਮੈਨੇਜਰ ਨੇ ਕਹਿੰਦੇ ਲੈ ਵੀ ਤੂੰ ਇੱਕ ਗੱਲ ਦਾ ਜਵਾਬ ਦੇਣਾ ਸਵਾਲ ਦਾ ਦੁਨੀਆ ਦਾ ਪਹਿਲੇ ਆਂਡਾ ਆਇਆ ਕਿ ਮੁਰਗੀ ਉਹੀ ਗੱਲ ਆਂਡੇ ਆਂਡਾ ਹੀ ਆਇਆ ਆਂਡਾ ਕਿੱਥੋਂ ਆਇਆ ਸੀ ਜੇ ਮੁਰਗੀ ਆਂਡੇ ਚੋਂ ਹੀ ਮੁਰਗੀ ਬਾਹਰ ਆਈ ਜੀ ਪਹਿਲੇ ਕੀ ਆਇਆ ਪਹਿਲੇ ਮੁਰਗੀ ਆਈ ਫਿਰ ਆਂਡਾ ਆਇਆ ਤੇ ਮੁਰਗੀ ਕਿੱਥੋਂ ਆਈ ਮੁਰਗੀ ਆਂਡੇ ਚੋਂ ਤੇ ਫਿਰ ਪਹਿਲੇ ਆਂਡਾ ਤੂੰ ਕਹਿੰਦਾ ਪਹਿਲੇ ਮੁਰਗੀ ਆਈ ਮੁਰਗੀ ਚੋਂ ਆਂਡਾ ਨਿਕਲਿਆ ਆਂਡੇ ਚੋਂ ਮੁਰਗੀ ਉਹ ਕਿੱਥੋਂ ਨਿਕਲੀ ਉਹ ਮੁਰਗੀ ਮੁਰਗੇ ਚੋਂ ਨਿਕਲੀ ਮੁਰਗੇ ਚੋਂ ਕਿੱਦਾਂ ਨਿਕਲੀ ਮੁਰਗੇ ਦੀ ਜੇਬ ਚ ਸੀ ਇੱਕ ਮਿੰਟ ਹਾਥੀ ਪਹਿਲੇ ਦੁਨੀਆ ਪਹਿਲੇ ਦੁਨੀਆ ਤੇ ਆਂਡਾ ਆਇਆ ਕਿ ਮੁਰਗੀ ਧਾਮਲ ਨਾ ਸੋਚ ਕੇ ਜਵਾਦਾ ਐਡਾ ਹਪੜ ਬੱਲੀ ਦਾ ਪਾ ਪਹਿਲੇ ਪਹਿਲੇ ਹਾਂ ਪਹਿਲੇ ਦੱਸ ਦੋਵਾਂ ਚ ਕੀ ਆਇਆ ਵੇਖੀ ਸ਼ੋਅ ਦਾ ਲਿੰਕ ਚੇਂਜ ਹੁੰਦਾ ਵੇਖ ਪਹਿਲੇ ਦੁਨੀਆ ਤੇ ਆਂਡਾ ਆਇਆ ਕਿ ਆਂਡੀ ਕਿ ਮੁਰਗੀ ਮੁਰਗੀ ਨਹੀਂ ਪਹਿਲੇ ਆਇਆ ਬਲੀਡਰ ਬਲੀਡਰ ਕਿਹੜਾ ਬਲੀਡਰ ਮੁਰਗੇ ਦਾ ਪਿਓ ਜਿਹੜਾ ਉਹ ਕਿੱਥੋਂ ਆਇਆ ਹਾਂਜੀ ਕਿਉਂ ਸਾਜੀ ਉਹਨੇ ਕੰਮ ਕੀਤਾ ਵਾ ਬਲੀਡਰ ਹੁੰਦਾ ਜਿਹੜਾ ਕਿ ਉਹ ਜਿਹੜਾ ਪ੍ਰੋਸੈਸ ਹੁੰਦਾ ਨਾ ਅੰਡਾ ਬਣਾਉਣ ਦਾ ਹਾਂਜੀ ਉਹਨੂੰ ਬਲੀਡਰ ਕਹਿੰਦੇ ਉਹ ਤੋਂ ਅੰਡਾ ਬਣਦਾ ਵੈਰੀ ਗੁੱਡ ਯਾਰ ਉਹ ਪਹਿਲੇ ਦੁਨੀਆ ਤੇ ਜਿਸ ਦੌਰ ਚ ਜਦੋਂ ਸ਼ੁਰੂ ਹੋਈ ਉਦੋਂ ਦੀ ਗੱਲ ਕਰ ਬਲੀਡਰ ਬਲੂਡਰ ਤੇ ਅੱਜ ਯਾਦ ਹੋਏ ਸਾਰੇ ਜਿਹੜੇ ਆਂਡੇ ਬਣ ਆ ਜਿਹੜਾ ਮੁਰਗਾ ਹੁਣ ਚਿੱਟੇ ਰੰਗ ਦਾ ਇਹ ਪਹਿਲੇ ਪੀਲੇ ਰੰਗ ਦਾ ਸੀ ਫਿਰ ਪਹਿਲੇ ਕਾਲਾ ਸੀਗਾ ਬਾਅਦ ਚ ਬੁੱਢਾ ਹੋਇਆ ਸੋ ਕਾਲਾ ਸਿਰਫ 2 ਮਹੀਨੇ ਰਿਹਾ ਵਾ ਉਹ ਨੀਲਮ ਵਾਲੇ ਉਹ ਆਂਦਾ ਸੀ ਫਾਰਮ ਚੋਂ ਯਾਰ ਪਹਿਲੇ ਮੁਰਗੀ ਦੁਨੀਆ ਤੇ ਮੁਰਗਾ ਆਇਆ ਕਿ ਆਂਡਾ ਪਤਾ ਨੀ ਮੈਂ ਤੇ ਪਹਿਲੇ ਪੰਜਾ ਵੇਖਿਆ ਨਿਕਲਦਾ ਬਾਅਦ ਚੋਂ ਫਿਰ ਮੁਰਗੀ ਤੇ ਬਾਅਦ ਚੋਂ ਕਿਤੇ ਆਂਡਾ ਨਿਕਲਿਆ ਹੋਣਾ ਵਾ ਮੈਂ ਤੇ ਉਦੋਂ ਇੱਧਰ ਉੱਧਰ ਹੋ ਦੋ ਗੱਲਾਂ ਨੇ ਆਂਡੇ ਚੋਂ ਮੁਰਗੀ ਚੂਚਾ ਨਿਕਲਦਾ ਹਾਂਜੀ ਤੇ ਮੁਰਗੀ ਆਂਡੇ ਦਿੰਦੀ ਹਾਂ ਮੁਰਗੀ ਦੋ ਗੱਲਾਂ ਦੋਵਾਂ ਚੋਂ ਪਹਿਲੇ ਕੀ ਕੌਣ ਆਇਆ ਇਕੱਠੇ ਹੀ ਆਏ ਹੋਣੇ ਆ ਜੀ ਆਂਡਾ ਵੀ ਮੁਰਗੀ ਕੱਗੜ ਪਿਛੜੀ ਆਏ ਆ ਹਾਂਜੀ ਉਸਾ ਜੀ ਮੈਂ ਕੌਂਡਾ ਵੇਖਿਆ 6 ਦਰਜ਼ੀਆਂ ਦਾ ਮੁਰਗੀ ਆਂਡੇ ਚੋਂ ਨੀ ਆਈ ਮੁਰਗੀ ਪਹਿਲੇ ਆਈ ਆਂਡੇ ਚੋਂ ਆਹੋ ਤੇ ਆਂਡਾ ਹੈ ਸੀ ਤੇ ਮੁਰਗੀ ਆਈ ਨਹੀਂ ਤੇ ਮੁਰਗੀ ਆਇਆ ਸੀ ਤੇ ਆਂਡਾ ਦਿੱਤਾ ਉਹਨੇ ਤੇ ਫਿਰ ਪਹਿਲੇ ਕੌਣ ਆਇਆ ਮੁਰਗੀ ਆਂਡਾ ਜਿਹੜੀ ਮੁਰਗੀ ਨੇ ਆਂਡਾ ਦਿੱਤਾ ਉਹ ਮੁਰਗੀ ਕਿੱਥੋਂ ਆਈ ਆਂਡੇ ਚੋਂ ਤੇ ਫਿਰ ਆਂਡਾ ਪਹਿਲੇ ਹੈਗਾ ਸੀ ਆਂਡਾ ਨਹੀਂ ਮੁਰਗੀ ਪਹਿਲੇ ਸੀਗੀ ਉਹਨੇ ਆਂਡਾ ਦਿੱਤਾ ਭਾਈ ਮੈਂ ਤੇਰੇ ਮਾਰ ਕੇ ਦੰਦ ਕੱਢ ਦੇਣੇ ਉਹ ਮੁਰਗੀ ਨੇ ਜਿਹੜੇ ਪਹਿਲੇ ਆਂਡਾ ਦਿੱਤਾ ਨਾ ਉਹ ਗੰਦਾ ਸੀਗਾ ਫਿਰ ਉਹਨੇ ਇੱਕ ਦਿੱਤਾ ਸੀ ਓਏ ਮੁਰਗੀ ਨਾਲ ਗੱਲ ਕਰੀ ਤੂੰ ਦੱਸ ਤਾਂ ਜੀ ਜਿਹੜੀ ਫੈਸਲ ਗੱਲ ਕਰ ਮੇਰੇ ਹਿਸਾਬ ਨਾਲ ਪਹਿਲੇ ਮੁਰਗੀ ਆਈ ਕਿ ਆਂਡਾ ਮੁਰਗੀ ਕਿੱਥੋਂ
ਮੁਰਗੀ ਜਿਹੜੀ ਆ ਬੇਸਿਕਲੀ ਮਸ਼ੀਨ ਆਉਣੀ ਸੀ ਪਹਿਲਾਂ ਤਾਂ ਬਾਅਦ 'ਚ ਮਸ਼ੀਨ ਦੇ ਵਿੱਚੋਂ ਜਿਹੜੀ ਓਬਜੈਕਟਿਵ ਨਿਕਲਣਾ ਸੀ ਉਹ ਪਹਿਲਾਂ ਮੁਰਗੀ ਆਉਣੀ ਚਾਹੀਦੀ। ਕਿੱਦਾਂ ਮੁਰਗੀ ਕਿੱਥੋਂ ਆਈ? ਉਸਤਾਦ ਜੀ ਕੁਦਰਤ ਦਾ ਨਿਜ਼ਾਮ, ਅਸੀਂ ਕਿੱਥੋਂ ਆਏ? ਅਸੀਂ ਵੀ ਤਾਂ ਇੱਦਾਂ ਹੀ ਦੁਨੀਆ 'ਤੇ ਆਏ ਨਾ, ਇਨਸਾਨ ਬਣਿਆ, ਇਨਸਾਨ ਦੀ ਤਖਲੀਕ ਹੋਈ। ਇਸੇ ਤਰ੍ਹਾਂ ਇਹਨਾਂ ਜਾਨਵਰਾਂ ਦੀ, ਇਸ਼ਰਾਤ ਦੀ, ਰਹਿਮਾਨਾਤ ਦੀ ਅਤੇ ਪਰਿੰਦਿਆਂ ਦੀ ਤਖਲੀਕ ਹੁੰਦੀ ਗੀ, ਉਹ ਮੁਰਗੀ ਪਹਿਲਾਂ ਆਈ। ਯਾਰ ਇਹ ਤੂੰ ਆਪਣੇ ਨਾਲ ਮੁਰਗੀਆਂ ਨਾ ਰਲਾ, ਮੈਂ ਇਹ ਕਿੱਥੋਂ ਆਇਆ? ਤੂੰ ਆਂਡੇ 'ਚੋਂ ਨਿਕਲਿਆ? ਤੂੰ ਦੱਸ ਨਾ, ਮੁਰਗੀ ਪਹਿਲੇ ਆਈ ਦੁਨੀਆਂ 'ਤੇ ਕਿ ਆਂਡਾ? ਸਭ ਤੋਂ ਪਹਿਲੇ ਜਦੋਂ ਦੁਨੀਆਂ 'ਚ ਦੋਵਾਂ 'ਚੋਂ ਕਿਹੜੀ ਚੀਜ਼ ਸੀ? ਇੱਕ ਮੁਰਗੀ। ਮੁਰਗੀ ਕਿੱਥੋਂ ਆਈ? ਆਂਡੇ 'ਚੋਂ। ਪਹਿਲੇ ਆਂਡਾ ਸੀ? ਨਹੀਂ, ਮੁਰਗੀ। ਆਹੋ, ਮੁਰਗੀ ਜਿਸ ਆਂਡੇ 'ਚੋਂ ਨਿਕਲੀ ਫਿਰ ਪਹਿਲੇ ਉਹ ਆਂਡਾ ਸੀ? ਹਾਂ, ਪਹਿਲੋਂ ਆਂਡਾ ਸੀ। ਪਹਿਲੇ ਆਂਡਾ ਸੀ? ਹਾਂ। ਅਤੇ ਆਂਡਾ ਕਿੱਥੋਂ ਆਇਆ? ਮੁਰਗੀ 'ਚੋਂ। ਅਤੇ ਫਿਰ ਪਹਿਲੇ ਮੁਰਗੀ ਸੀ? ਮੁਰਗੀ ਪਹਿਲੋਂ। ਆਹੋ, ਜਦੋਂ ਕੋਈ ਮਰਜ਼ੀ ਪੁੱਛ ਲਓ, ਦਰਜ ਕਰੋ। ਪਹਿਲੇ ਮੁਰਗਾ ਆਇਆ ਹੋਣਾ ਮੇਰੇ ਖਿਆਲ। ਤੂੰ ਦੱਸ ਯਾਰ, ਮਗਰ ਹੀ ਗੁਜਰ ਆ ਗਿਆ। ਵੈਸੇ ਮੁਰਗੀ ਤੇ ਅੰਡੇ ਦਾ ਵਿੱਚ ਤੁਸੀਂ ਕਿਉਂ ਐਡਾ ਰੌਲਾ ਪਾਉਂਦੇ? ਮੁਰਗੀ ਦਾ ਸਿੱਧਾ ਸਿੱਧਾ ਕੰਮ ਆ, ਉਹਨੇ ਅੰਡਾ ਦੇਣਾ। ਪਹਿਲੇ ਅੰਡਾ ਆਇਆ, ਪਹਿਲੇ ਅੰਡਾ ਆਇਆ। ਸਵਾਲ ਕਰ ਰਿਹਾ, ਮੈਂ ਤਾਂ ਹਾਲੇ ਕਿਹਾ ਨੀ ਪਹਿਲੇ ਕੀ ਆਇਆ, ਮੈਂ ਤਾਂ ਸਵਾਲ ਕਰ ਰਿਹਾ। ਤੁਹਾਨੂੰ ਪਤਾ ਫੇਰ ਖਵਾਣਾ? ਹਾਂ, ਮੈਨੂੰ ਪਤਾ, ਮੈਨੂੰ ਪਤਾ। ਦੱਸੋ, ਚਲੋ ਚਲੋ, ਅਸੀਂ ਜਿੱਤ ਗਏ। ਦੱਸੋ, ਜਿੱਤ ਗਏ ਜੀ ਤੁਸੀਂ? ਚਲੋ ਲਓ ਜੀ, ਸਭ ਤੋਂ ਪਹਿਲੇ ਦੁਨੀਆਂ ਤੇ ਨਾ ਮੁਰਗੀ ਆਈ ਨਾ ਆਂਡਾ ਆਇਆ। ਫਿਰ ਕੌਣ ਆਇਆ? ਸਭ ਤੋਂ ਪਹਿਲੇ ਹਰ ਜਾਨਵਰ ਦਾ ਜੋੜਾ ਜੋੜਾ ਅੱਲਾ ਨੇ ਬਣਾਇਆ। ਹਾਂ, ਫਿਰ ਉਹਨਾਂ ਨੇ ਥੱਲੇ ਰੱਖੇ ਆਂਡੇ ਤੇ ਸਭ ਹਰ ਜਾਨਵਰ ਦਾ ਅੱਲਾ ਮੀਆਂ ਨੇ ਜੋੜਾ ਜੋੜਾ ਬਣਾਇਆ, ਉੱਤੋਂ ਭੇਜਿਆ ਜੋੜਾ ਜੋੜਾ, ਜੋੜਾ ਜੋੜੇ ਦੀ ਤਖਲੀਕ ਕੀਤੀ ਜਿੱਦਾਂ ਇਨਸਾਨ ਦੀ ਕੀਤੀ ਆ, ਫਿਰ ਉਹ ਅੱਗੋਂ ਸ਼ੁਰੂ ਹੋਇਆ ਕੰਮ। ਨਾ ਪਹਿਲੇ ਮੁਰਗੀ ਆਈ ਨਾ ਆਂਡਾ ਆਇਆ। ਏਅਰਪੋਰਟ ਦੇ ਵਿੱਚ 86 ਸਵਾਰੀਆਂ ਬੈਠੀਆਂ ਨੇ। ਪਾਇਲਟ ਜਿਹੜੀ ਆ ਉਹ ਕਹਿੰਦੀ ਆ ਕਿ ਜਿਹੜਾ ਪਿੱਛੇ ਬੱਚਾ ਬੈਠਾ ਉਹ ਮੇਰਾ ਵਾ। ਏਅਰ ਹੋਸਟਸ ਕਹਿੰਦੀ ਇਹ ਮੇਰਾ ਵਾ। 86 ਸਵਾਰੀਆਂ ਜਿਹੜੀਆਂ ਉਹਨਾਂ ਨੇ ਕਿੱਥੇ ਉਤਰਨਾ? ਦੱਸ। ਇੰਨਾ ਆਸਾਨ ਸਵਾਲ, ਕਿੱਥੇ ਉਤਰਨਾ? ਹਾਂ, ਲਾਡ ਕਾਣੇ? ਨਹੀਂ, ਗਾਚੀ ਗਾਚੀ ਨਹੀਂ ਨਹੀਂ। ਉਹ ਭਾਈ ਜਿੱਥੇ ਬੱਚਾ ਰੋ ਪਿਆ ਉਹਨਾਂ ਨੇ ਕਹਿਣਾ ਇਹਨੂੰ ਲਾਹੌਰ ਹਾਰ ਗਏ, ਜ਼ਮੀਨ ਤੇ ਉਤਰਨਾ ਉਹਨਾਂ ਨੇ। ਇੱਕ ਬੈਰੀ ਜਹਾਜ਼ ਦੇ ਵਿੱਚ ਦੋ ਕੁੱਤੇ ਜਾ ਰਹੇ ਆ। ਕਿੱਦਾਂ ਜਾ ਰਹੇ ਹੋ? ਕੁੱਤੇ ਚਾਰ ਕਰ ਲਾ, ਚਾਰ ਕਰ ਲਾ। ਕੁੱਤੇ ਚਾਰ ਅਲਾਓ ਨੀ ਗਏ ਬੈਰੀ ਜਹਾਜ਼ ਚ? ਦੋ ਨਸਲੀ ਰੱਖ ਲਓ, ਇੱਕ ਦਾ ਹੀ ਰੱਖ ਲਓ। ਚੱਲ ਫਿਰ ਕੁੱਤੇ ਚਾਰ ਨਾ ਕਰ, ਤੇਰਾ ਬਣਿਆ ਪਾਸਪੋਰਟ ਮਰ ਜਾਣਿਆ। ਕੁੱਤੇ ਚਾਰ ਨਾ ਕਰੀ ਤੁਸੀਂ ਇਸ ਸਵਾਲ ਦਾ ਜਵਾਬ। ਚਾਰ ਕੁੱਤੇ ਫੜ ਕੇ ਫਰੀ ਵਾਲੀ ਆਈਟਮ ਕਰਦੇ ਆ। ਲਓ ਜੀ, ਸਵਾਲ ਇਹ ਆ ਕਿ ਬੈਰੀ ਜਹਾਜ਼ ਚ ਇੱਕ ਬੱਚਾ ਰੋ ਰਿਹਾ ਵਾ। ਇੱਕ ਬੱਚਾ ਰੋਣ ਡਿਆ। ਉਹ ਕਹਿੰਦਾ ਵਾ ਕਿ ਮੈਂ ਕੱਲੀ ਪਾਇਲਟ ਦਾ ਪੁੱਤਰ ਹਾਂ। ਪਾਇਲਟ ਦਾ ਪੁੱਤਰ ਹਾਂ, ਸਮਝ ਆ ਰਹੀ? ਠੀਕ ਹੋ ਗਿਆ, ਤੁਸੀਂ ਨਹੀਂ ਜਵਾਬ ਦੇਣਾ। ਉਹ ਕਹਿੰਦਾ ਮੈਂ ਪਾਇਲਟ ਦਾ ਪੁੱਤਰ ਹਾਂ, ਪੁੱਤਰ, ਪਰ ਉਹ ਮੇਰਾ ਪਿਓ ਨਹੀਂ। ਕਿੱਦਾਂ ਪਾਇਲਟ? ਉਹ ਭਾਈ ਲੜੇ ਆ ਫਿਰ ਆਪ ਦੱਸੋ ਮੈਂ ਪਾਇਲਟ ਦਾ ਪੁੱਤਰ ਹਾਂ, ਪੁੱਤਰ, ਪਰ ਪਾਇਲਟ ਮੇਰਾ ਪਿਓ ਨੀਗਾ। ਉਸਤਾਦ ਜੀ, ਇਹ ਸਵਾਲ ਹੀ ਕੋਈ ਨੀ ਹੈਗਾ, ਕੋਈ ਜਾਣ ਦੇ ਜ਼ਰੂਰ ਹੋਣੀ ਹੈ। ਉਹ ਯਾਰ ਖੁਦਾ ਦਾ ਵਾਸਤਾ ਹੀ ਹੈ ਉਸਤਾਦ ਜੀ, ਵੇਖ ਲੈ। ਪਾਇਲਟ ਉਹ ਹੀ ਹੈ ਜਿਹੜਾ ਜਹਾਜ਼ ਚਲਾ ਰਿਹਾ। ਉਹੀ ਉਹੀ ਹੋਰ ਕੋਈ ਪਾਇਲਟ ਹੁੰਦਾ? ਕੀ ਪਤਾ ਉਹਦਾ ਪਿਓ ਥੱਲੇ ਉਤਰ ਗਿਆ ਹੋਵੇ, ਹੋਰ ਪਾਇਲਟ ਬਹਿ ਗਿਆ ਹੋਵੇ। ਨਹੀਂ, ਉਹਨੇ ਕਿਹਾ ਉੱਡਦੇ ਜਹਾਜ਼ ਚੋਂ ਨਿਕਲਿਆ ਜਿਹੜਾ ਇਸ ਟਾਈਮ ਜਹਾਜ਼ ਚਲਾ ਰਿਹਾ ਨਾ, ਚਲਾ ਰਿਹਾ ਮੈਂ ਉਹਦਾ ਪੁੱਤਰ ਹਾਂ। ਜਹਾਜ਼ ਪਰ ਉਹ ਮੇਰਾ ਪਿਓ ਨਹੀਂ, ਪਿਓ ਨਹੀਂ। ਅੱਗੇ ਪਾਇਲਟ ਵੀ ਦੋ ਬੈਠੇ ਹੁੰਦੇ। ਚਲੋ ਜੈਨ ਵੱਲੋਂ ਕਹਿ ਰਿਹਾ ਮੈਂ ਸਹੀ
ਮਤਲਬ ਮੈਂ ਸੱਚਮੁੱਚ ਇਹਦਾ ਪੁੱਤਰ ਆ ਸਕਾ ਬਿਲਕੁਲ ਪਰ ਇਹ ਮੇਰਾ ਪਿਓ ਨੀਗਾ ਮੈਨੂੰ ਪਤਾ ਲੱਗ ਗਿਆ ਉਹਦਾ ਟੀਚਰ ਹੈਗਾ ਟੀਚਰ ਵੀ ਪਿਓ ਮਜੇ ਹੁੰਦੇ ਨੇ ਲੋ ਵੀ ਉਹ ਪਾਇਲਟ ਨੇ ਕਿੰਨੀਆਂ ਵਿਆਹ ਕੀਤੇ ਆ ਇਹ ਦੱਸੋ ਇੱਕੋ ਹੀ ਇੱਕੋ ਹੀ ਬਰਾਦਰੀ ਕੀ ਆ ਉਹ ਪਾਇਲਟ ਬਰਾਦਰੀ ਉਹਨਾਂ ਦੀ ਆ ਪੀ ਆਈ ਏ ਚੀਮਾ ਭਾਈ ਫਿਰ ਉਹਦਾ ਪਿਓ ਹੀ ਨੀਗਾ ਜਿਹੜੀ ਮਾਂ ਨੇ ਦੂਸਰਾ ਵਿਆਹ ਕੀਤਾ ਮੈਂ ਉਹਦਾ ਪੁੱਤਰ ਹੋ ਗਿਆ ਉਹਦਾ ਪੁੱਤਰ ਵੀ ਹੋ ਗਿਆ ਲੇਕਿਨ ਇਹ ਮੇਰਾ ਪਿਓ ਨੀ ਪਿਓ ਦਾ ਜਿਹੜਾ ਸੀ ਪਹਿਲਾ ਪਿਓ ਕੋਈ ਦੂਜਾ ਵਿਆਹ ਨੀ ਕੀਤਾ ਵਿਆਹ ਵੀ ਨੀ ਉਹਨੇ ਦੂਜਾ ਕੀਤਾ ਪਾਇਲਟ ਜਿਹੜਾ ਹੈਗਾ ਉਹ ਕਹਿਣ ਡਿਆ ਮੇਰਾ ਪੁੱਤਰ ਨਹੀਂ ਹੈਗਾ ਓ ਯਾਰ ਪੁੱਤਰ ਕਹਿਣ ਡਿਆ ਕਿ ਮੈਂ ਪਾਇਲਟ ਦਾ ਪੁੱਤਰ ਹਾਂ ਤੇ ਉਹ ਜਿਹੜਾ ਪਾਇਲਟ ਜਿਹਦਾ ਮੈਂ ਪੁੱਤਰ ਹਾਂ ਉਹ ਮੇਰਾ ਪਿਓ ਨੀਗਾ ਪਰ ਠੀਕ ਹੋ ਗਿਆ ਜੀ ਉਹਦੀ ਬੇਟੀ ਜਿਹੜੀ ਉਹਦੀ ਵਾਈਫ ਜਿਹੜੀ ਹੈ ਨਾ ਪਾਇਲਟ ਦੀ ਉਹ ਫੌਤ ਹੋ ਗਈ ਹੋਈ ਇਹਦਾ ਜਵਾਬ ਡੱਡੂ ਮੈਂ ਤੇਰੇ ਮੂੰਹ ਤੇ ਮਾਰਨੀ ਹੂੰ ਪਾਇਲਟ ਵਾ ਇਹ ਮੇਰਾ ਪੁੱਤਰ ਨਹੀਂ ਠੀਕ ਹੈ ਪੁੱਤਰ ਕਹਿ ਰਿਹਾ ਕਿ ਮੈਂ ਉਹਦਾ ਪਿਓ ਆ ਪਰ ਉਹ ਮੇਰਾ ਮੈਂ ਉਹਦਾ ਪੁੱਤਰ ਹਾਂ ਪਰ ਉਹ ਮੇਰਾ ਪਿਓ ਨਹੀਂ ਯਾਰ ਉਹ ਕਹਿੰਦਾ ਮੇਰਾ ਤੂੰ ਜਹਾਜ਼ ਆ ਮੈਂ ਤੇਰਾ ਪਾਇਲਟ ਨਹੀਂ ਉਹ ਇੱਕ ਬਿਠਾੜ ਜਾ ਭਾਈ ਜਿਹੜਾ ਪਾਇਲਟ ਹੈ ਨਾ ਉਹ ਝੂਠ ਬੋਲ ਰਿਹਾ ਅਗਰ ਉਹਦਾ ਪੁੱਤਰ ਨਹੀਂ ਹੈ ਯਾਰ ਪਾਇਲਟ ਬੋਲਿਆ ਹੀ ਨਹੀਂ ਪਾਇਲਟ ਤਾਂ ਬੋਲਿਆ ਹੀ ਨਹੀਂ ਮੁੰਡਾ ਕਹਿ ਰਿਹਾ ਨਹੀਂ ਤੇ ਉਹਦਾ ਪੁੱਤਰ ਹੈ ਸੀ ਤੇ ਉਹਨੂੰ ਜਹਾਜ਼ ਤੇ ਚੜਨ ਦਿੱਤਾ ਤੇ ਬਾਕੀ ਜਿਹੜੇ ਸਾਰੇ ਬੈਠੇ ਸੀ ਪੁੱਤਰ ਲੈ ਕੇ ਜਾਂਦੇ ਆ ਜਿੰਨੇ ਜਹਾਜ਼ ਜਾ ਰਹੇ ਆ ਇਹ ਪਾਇਲਟ ਆਪਣੇ ਪੁੱਤਰ ਲੈ ਕੇ ਜਾਂਦੇ ਦੂਜੇ ਜਾਂ ਆਹੋ ਤੇ ਕੱਲਾ ਕਦੇ ਜ਼ਿੰਦਗੀ ਚ ਵੇਖਿਆ ਤੁਸੀਂ ਪਿੱਛੇ ਕੰਮ ਕਰ ਦੱਸ ਓਏ ਉਹਦੇ ਵਿੱਚ ਉਹ ਜਿਹੜਾ ਪਾਇਲਟ ਆ ਉਹਨਾਂ ਦੀ ਲੜਾਈ ਤੇ ਨਹੀਂ ਹੋਈ ਇੱਕ ਮਿੰਟ ਦਇਆ ਦਰਵਾਜ਼ਾ ਤੋੜ ਦਰਵਾਜ਼ਾ ਤੋੜ ਤੈਨੂੰ ਹੀ ਤੋਲ ਪਣਾ ਦੱਸ ਯਾਰ ਉਹ ਕਹਿੰਦਾ ਕਿ ਵੀ ਮੈਂ ਇਹਦਾ ਪੁੱਤਰ ਆ ਮੇਰਾ ਪਿਓ ਨਹੀਂ ਭਾਈ ਫਿਰ ਇੱਕੋ ਹੀ ਆ ਮੇਰੇ ਤੇ ਜਵਾਬ ਫਿਰ ਪਾਇਲਟ ਨੇ ਉਹਨੂੰ ਕਿਹਾ ਵਾ ਜਾ ਤੂੰ ਮੇਰਾ ਪੁੱਤਰ ਆ ਪਰ ਮੈਂ ਤੇਰੇ ਲਈ ਮਰ ਗਿਆ ਫਿਰ ਹੋਰ ਕੀ ਸਹੀ ਜਵਾਬ ਦੇ ਜਾ ਤੂੰ ਮੇਰਾ ਪੁੱਤਰ ਆ ਤੇ ਮੈਂ ਤੇਰੇ ਲਈ ਮਰ ਗਿਆ ਉਹਦੇ ਲਈ ਪਿਓ ਆ ਤੇ ਉਹ ਪਿਓ ਨੀਗਾ ਆਹੋ ਯਾਰ ਅਕਸਰ ਹੁੰਦਾ ਨਾ ਕਿ ਸ਼ਾਦੀ ਵਿਆਹ ਬੱਚੇ ਆਪਣੀ ਮਰਜ਼ੀ ਦੇ ਨਾਲ ਕਰਦੇ ਨੇ ਜ਼ਬਰਦਸਤੀ ਕਰਦੇ ਸ਼ਾਦੀ ਡਾਕਟਰ ਸਾਹਿਬ ਉਹਨਾਂ ਦੀ ਲੌਜੀਕ ਕੋਈ ਨਾ ਕੋਈ ਵਿੱਚ ਹੈ ਜਿਹੜਾ ਕਹਿੰਦਾ ਮੈਂ ਇਹਦਾ ਪੁੱਤਰ ਸਾਰਿਆਂ ਨੂੰ ਪਤਾ ਵਾ ਯਾਰ ਤੈਨੂੰ ਨਹੀਂ ਪਤਾ ਮੈਨੂੰ ਪਤਾ ਵਾ ਮੈਂ ਤੈਨੂੰ ਦੱਸਦਾ ਵਾਂ ਲਓ ਜੀ ਉਹ ਪਾਇਲਟ ਜਿਹੜੀ ਨਾ ਔਰਤ ਆ ਔਰਤ ਉਹਦੀ ਮਾਂ ਉਹਦੀ ਮਾਂ ਵਾ ਤੇ ਤੁਸੀਂ ਤੇ ਕਿਹਾ ਬੰਦਾ ਵਾ ਪਹਿਲੇ ਕੀ ਮੇਰੀ ਗੱਲ ਸੁਣ ਲਓ ਜੀ ਤੁਸੀਂ ਮੈਂ ਕਿਹਾ ਬੰਦਾ ਤੁਸੀਂ ਕਿਹਾ ਮੈਂ ਪੁੱਛਿਆ ਮੈਂ ਕਿਹਾ ਉਹ ਕਿ ਮੁੰਡਾ ਕਹਿੰਦਾ ਜਿਹੜਾ ਪਾਇਲਟ ਆ ਨਾ ਹਾਂਜੀ ਪਾਇਲਟ ਜੋ ਪਾਇਲਟ ਹੈ ਇਸ ਵਕਤ ਹਾਂਜੀ ਮੈਂ ਉਸਕਾ ਬੇਟਾ ਹਾਂ ਪਰ ਉਹ ਮੇਰਾ ਬਾਪ ਨਹੀਂ ਹੈ ਪਾਇਲਟ ਔਰਤਾਂ ਵੀ ਹੁੰਦੀਆਂ ਉਹ ਮਾਂ ਵਾ ਉਹਦੀ ਭਾਈ ਉਹਨਾਂ ਦੀ ਸਹੀ ਗੱਲ ਆ ਘੁਮਾ ਫਰਾ ਕੇ ਉੱਥੇ ਹੀ ਘੁਮਾ ਫਰਾ ਕੇ ਨਹੀਂ ਘੁਮਾ ਫਰਾ ਕੇ ਇਹ ਸਵਾਲ ਪਤਾ ਕਿਸ ਤਰ੍ਹਾਂ ਬਣਦਾ ਸੀ ਤੁਸੀਂ ਕਹਿਣਾ ਸੀਗਾ ਕਿ ਇੱਕ ਲੜਕਾ ਕਹਿ ਰਿਹਾ ਕਿ ਇਸ ਜਹਾਜ਼ ਕੀ ਜੋ ਪਾਇਲਟ ਹੈ ਨਹੀਂ ਗੱਲ ਤਾਂ ਪਾਇਲਟ ਹੁੰਦਾ ਵਾ ਪਾਇਲਟ ਪਾਇਲਟ ਹੀ ਹੁੰਦਾ ਪਾਇਲਟ ਚਲਾਉਣ ਵਾਲੇ ਕੋ ਕਹਿੰਦੇ ਆ ਮੁਜ਼ੱਕਰ ਪਾਇਲਟ ਕੀ ਡੈਫੀਨੇਸ਼ਨ ਹੈ ਪਾਇਲ ਲੇਟ ਪਾਇਲ ਲੇਟ ਪਾਇਲਟ ਪਾਇਲਟ ਹੁੰਦਾ ਯਾਰ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਇੱਕ ਲੜਕੀ ਖੜੀ ਹੋਵੇ ਤੂੰ ਤਾਂ ਤਾਰਫ ਕਰੇਗਾ ਯੇ ਪਾਇਲਟ ਹੈ ਇਹੀ ਕਹਿੰਦਾ ਬੰਦਾ ਵੀ ਖਲੋਤਾ ਤੂੰ ਕਹਿੰਦਾ ਯੇ ਪਾਇਲਟ ਹੈ ਹੋਰ ਸਵਾਲ ਮਸ਼ਹੂਰੋ ਮਰੂਫ ਇੱਕ ਜਗ੍ਹਾ ਤੇ ਨਾ ਪਲਾਜ਼ਾ ਵਾ ਉਹਦੀਆਂ 18 ਮੰਜ਼ਲਾਂ ਨੇ
ਠੀਕ ਆ ਜੀ, ਉਹਦੇ ਅੰਦਰ 233 ਕਮਰੇ ਨੇ। ਦੱਸੋ ਮੀਆਂ ਵਾਲੀ ਦਾ ਨਾਂ ਕਿਹਨੇ ਰੱਖਿਆ? ਮੀਆਂ ਵਾਲੀ ਲੌਜੀਕ ਦਾ ਸਵਾਲ, ਦਸ ਫੁੱਟ 10 ਫੁੱਟ ਚੌੜੀ ਨਹਿਰ ਆ। ਹਾਂਜੀ, ਇੱਕ ਤੇ ਉਹਦੇ ਵਿੱਚ ਕਿਸ਼ਤੀਆਂ ਵੀ ਨੇ, ਨਹਿਰ ਚ ਕਿਸ਼ਤੀਆਂ ਵੀ ਨੇ। ਇੱਕ ਬੰਦਾ ਆਇਆ, ਉਹ ਇੰਜ ਕਰਕੇ ਨਹਿਰ ਚ ਵੜਿਆ ਵਾ ਤੇ ਵੜ ਕੇ ਪਾਰ ਕਰ ਗਿਆ, ਤੇ ਇੱਕ ਕਤਰਾ ਵੀ ਉਹਨੂੰ ਪਾਣੀ ਦਾ ਉਹਦੇ ਜਿਸਮ ਨੂੰ ਜਾਂ ਕੱਪੜੇ ਨੂੰ ਨਹੀਂ ਲੱਗਾ। ਕਿਸ਼ਤੀਆਂ ਵੀ ਚੱਲ ਰਹੀਆਂ ਵਿੱਚ, ਉਹਨੇ ਨਾ ਬੇਸਿਕ ਤੌਰ ਤੇ ਨਾ ਕੱਪੜਾ ਨਹੀਂ, ਉਹਦੇ ਚ ਪਤਾ ਕੀ, ਉਹ ਸ਼ੀਸ਼ਾ ਵਿਛਿਆ ਹੋਣਾ ਉਹਦੇ ਤੇ, ਜਿਵੇਂ ਟੁਰਦੇ ਨੇ ਨਾ, ਉਹ ਇੱਕ ਕਰਦੇ ਨੇ ਪੈਰ ਜਿਹਾ ਉਹਦੇ ਤੇ, ਉਹ ਟੁਰ ਕੇ ਤੇ ਉਹ ਪਰਾਂ ਲੰਘ ਗਿਆ ਤੇ ਪੈਰ ਵੀ ਨਹੀਂ ਭੇਜਿਆ। ਇਹਦਾ ਜਵਾਬ ਇਹ ਆ ਕਿ ਨਹਿਰ ਸੁੱਕੀ ਸੀ। ਕਿਸ਼ਤੀਆਂ ਚੱਲ ਰਹੀਆਂ ਸੀ, ਸਟਾਰਟ ਖੜੀਆਂ ਸੀ। ਮੈਨੂੰ ਗੱਲ ਪਸੰਦ ਨਹੀਂ ਆਈ ਗੱਲ ਯਾਰ, ਤੁਸੀਂ ਕਿਹਦੇ ਮਜਾਲਾਂ ਚ ਫਸ ਗਿਆ। ਕਿਸ਼ਤੀਆਂ ਅੰਦਰ ਖੜੀਆਂ ਸੀ, ਚੱਲ ਰਹੀਆਂ ਸੀ, ਕਿਸ਼ਤੀ ਨੂੰ ਸਲਫ ਵੀ ਵੱਜਦਾ ਵਾ, ਸਲਫ ਵੱਜ ਰਿਹਾ ਸੀ, ਚੱਲ ਰਹੀਆਂ ਸੀ, ਇੰਜਣ ਕਰਾ ਕੇ ਸਟਾਰਟ ਕਰਕੇ ਖਿਲਾ ਰਹੀਆਂ ਸੀ ਉਹਨਾਂ ਨੇ। ਅੱਛਾ, ਮੈਂ ਇੱਕ ਸਵਾਲ ਕਰਾਂ ਵੈਸੇ, ਇੱਕ ਬਿੱਲੀ ਆ ਤੇ 4 ਮਣ ਆਟਾ ਵਾ ਤੇ 6 ਭਰਾ ਨੇ, ਇੱਕ ਬਿੱਲੀ ਆ 4 ਮਣ ਆਟਾ ਤੇ 6 ਭਰਾ ਨੇ ਤੇ 2 ਟਰੈਕਟਰ, ਉਹਨਾਂ ਦੇ ਥੱਲੇ ਫੁੱਫੜ ਸੁੱਤਾ ਵਾ, ਤੁਸੀਂ ਦੱਸੋ ਵੀ ਕਿੰਨੇ ਨੰਬਰ ਪੈਰ ਆਏਗਾ ਉਹਨੂੰ ਜੁੱਤੀ ਦਾ? ਹਾਂ, 9 ਨੰਬਰ। ਨਹੀਂ ਨਹੀਂ, ਟਰੱਕ ਦੇ ਥੱਲੇ ਸੁੱਤਾ, ਟਰੱਕ ਦੇ ਥੱਲੇ, ਬੱਸ ਦੇ ਥੱਲੇ ਜਿਹੜਾ ਸੁੱਤਾ ਵੀ ਉਹਦਾ 9, ਟਰੱਕ ਟੇ ਦਾ 3 ਤੇ ਰੇ ਦਾ 4, 34 ਨੰਬਰ। 34-2 ਐਤਕੀ ਪੰਗੂੜਾ ਆਣਾ, 34-2 ਵਾਲੇ ਪੰਗੂੜੇ ਨਾਲ ਤੁਸੀਂ ਲਮਕ ਕੇ ਵੀ ਥੱਲੇ ਆ। 8 ਨੰਬਰ ਤਾਜੀ, 8 ਨੰਬਰ ਟਰੱਕ ਕਿਹੜਾ ਵਾ? 22 ਵੀਲਰ ਕੇ ਦੂਜਾ? ਦੂਸਰਾ ਵਾ। ਮਾਡਲ ਕੀ ਹੈ ਟਰੱਕ ਦਾ? ਮਾਡਲ 98 ਬੈਡਫੋਰਡ। ਬੈਡਫੋਰਡ 8 ਨੰਬਰ ਹੀ? 8 ਨੰਬਰ ਨਹੀਂ ਨਹੀਂ, 98 ਮਾਡਲ ਦੇ ਥੱਲੇ ਲੰਮੇ ਪੋਤੇ 8 ਨੰਬਰ ਨਹੀਂ ਹੁੰਦਾ। ਨਹੀਂ ਤੇ ਜਿਹੜੇ 2 ਭਰਾ ਨੇ ਜਿਹੜੇ, ਉਹਨਾਂ ਦਾ ਨਹੀਂ ਤੁਹਾਨੂੰ ਲੱਗਿਆ? ਉਹ ਤੇ ਤੂੰ ਸਿਰਫ ਕਮਾਇਆ ਨਾ, ਅਸਲ ਗੇਮ ਟਰੱਕ ਦੀ, ਟਰੱਕ ਦੀ ਗੇਮ, ਕਿਉਂਕਿ ਟਰੱਕ ਦੀ ਬੱਤੀ ਪਿੱਛੇ ਤੂੰ ਲਾ, ਉਹਦੇ ਟੈਟੂ ਪੈਣ ਵਾਲੇ ਟਰੱਕ ਦੇ। ਨਹੀਂ ਸਹੀ ਆ, ਸਹੀ। ਫਿਰ 10 ਨੰਬਰ, 10 ਨੰਬਰ ਟੈਟੂ ਬਣਾਵੇ ਹੈ ਨਾ। 10 ਨੰਬਰ ਭਾਜੀ, ਸਵਾਲ ਗਲਤ ਕੀ, ਕਿੰਨੇ ਨੰਬਰ? ਉਹ ਦੀ ਪੀਲੇ ਰੰਗ ਦੀ ਜੁੱਤੀ, ਪੀਲੇ ਦੀ ਕੀ ਰੰਗ ਦੀ ਫੈਲ ਦਾ ਗਿਆ, ਇਹ ਨੰਬਰ ਕਿਹੜਾ ਦਾ ਪੀਲੇ ਯਾਰ, ਛੱਡ ਦੇ ਯਾਰ। ਸਭ ਤੋਂ ਪਹਿਲੇ ਨੰਬਰ ਤੇ ਵਾਲ ਵਿਕ ਗਏ, ਜਿਹਦੇ ਵਾਲ ਕੁੰਡਲਾਂ ਲਏ ਹੋਣਗੇ ਉਹ ਹੋ ਸਕਦਾ। ਤਿੰਨਾਂ ਦੇ ਕੁੰਡਲਾਂ ਲਿਆ, ਹਾਂ ਜਿੱਥੇ ਇਹਦੇ ਜਿਹੜਾ ਕਰੇਗਾ ਉਹਨੂੰ ਜੁੱਪੀ ਪਾ ਲੈਣੀ। ਲਓ ਜੀ, ਲਓ ਜੀ, ਮੈਂ ਤੁਹਾਨੂੰ ਇੱਕ ਵੀਡੀਓ ਵਿਖਾਉਣੀ ਆ ਚੀਮਾ ਸਾਹਿਬ ਦੀ। ਬਈ ਚੀਮਾ ਸਾਹਿਬ ਕਿਸ ਕਿਸਮ ਦਾ? ਲਓ ਜੀ, ਤੁਸੀਂ ਦੱਸਣਾ ਜ਼ਰਾ, ਤੁਸੀਂ ਚੀਮਾ ਦੱਸਣਾ ਮੈਨੂੰ, ਤੁਸੀਂ ਮੈਨੂੰ ਚੀਮਾ ਦੱਸਣਾ ਵਾ, ਤੁਸੀਂ ਮੈਨੂੰ ਦੱਸਣਾ ਵਾ ਕਿ ਚੀਮਾ ਵਾ? ਆਹ ਚੈੱਕ ਕਰੋ, ਜਿਹੜੇ ਜਾਣਦੇ ਆਹ ਚੈੱਕ ਕਰੋ, ਚੀਮਾ ਸਾਹਿਬ ਕੀ ਆ? ਆਹ ਚੀਮਾ ਚੈੱਕ ਕਰਨਾ, ਇਹ ਚੀਮਾ ਲੈ ਜਾ, ਮੈਂ ਦੇਖ ਤਾਂ ਦਵਾਂ। ਚੀਮਾ ਸਾਹਿਬ ਖੜੇ ਨੇ, ਇਹ ਜਿਹੜੇ ਚੀਮਾ ਸਾਹਿਬ ਕਹਿੰਦੇ ਨੇ ਕਿ ਮੇਰੇ ਦਾਦਾ ਤੇ ਮੇਰਾ ਪੜਦਾਦਾ, ਮੇਰਾ ਦਾਦਾ ਤੇ ਮੇਰਾ ਪੜਦਾਦਾ ਜ਼ਮੀਂਦਾਰ, ਇਹ ਦੇਖੋ, ਇਹ ਧੌਣ ਵੀ ਹਿਲਦੀ ਚੈੱਕ ਕਰੋ।
करी मिर्चा तक उन्हें प्रूफ देना सी हुण तक सवेरे वाशरूम दे विच ओदियां चीकां बाहर आ गईआं चलो कोई गल नहीं सर जी तुसीं बहरल चीमे दे विचों कढ़ना की आ सारे जणे जाणदे सुन जिन्हां ने तरीक पढ़ी उहनां नूं तां पता नहीं पाइने इक दफा तुसीं अपनी जबानी दस दिओ कि कौन ने है चीमे बच गए बस इहो पॉइंट तों बचे बेरे बररे लिफरा लामा कुफ चीमे तेली ताड़े या छोटी ये माँ चीमा मीम रे सीन ये चीम मीम माँ चीमा सी डाल पेशवा डू मीम हे की बनी हे चीमा मेरी माँ मनु कहती है बहुत रात वेली बा जेली जा वेली वा लाम ये वाले चीमा खड़ी पेश पे एकी बानी एकी बानी जेड चीमा इंग्लिश तो स्पेलिंग है एम यू बम 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 स्पीडिंग ब्रम चीमा तुसी चंगा नहीं करदे तुहानू मैं पता वा मेरी मां ने मैनू एक बारी मना कीता कि पुत्तर किसे दा हुण गां नहीं कोई बूरू 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 मीम अलिफ मा के एच वे आई वाई रे चीमा बेरू 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 मीम वाओ लाम लीला के एच ए आर खैर मौला खैर नहीं नहीं फ्री साहब चीमा नहीं चीमा जी कुछ नहीं कहना चीमा जी नहीं कंट्रोल नहीं 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 कंट्रोल उदय एच ए अलीफ मद आ वाए मा चीमा की भला हाय चीमा तो एस एच ए के आई एल लाम स्लम खड़ा लम आ शेख टोला ओ लोगों ने देख लिया कौन बजा रहा जी कैसा बरबेता बलाम जहेला नून वाव अलीफ दे चीमा है एक ही तबला नुवाव गावा गो ये लफिया गुजर मिमली वा जे माकूफ माजर गुजर एम यू जेड एस आई सी ए आई ए एन चीमा हाजी साहब एक चौलां दा भोरा ही देंदे काफ एन काफ एन जेवा जो सीन लाम एक्स वाई एन ओ पी क्यू की शेख टोला टोला ओनू दूजा ऑप्शन नहीं आंदी चीमा ते तीन लफ्ज़ां च तीन लफ्ज़ां च बन जांदा आहो जी अलमंदा नून चीमा आहो नहीं नहीं ठीक है ना काफ एन जेवा जो सीन ते 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 ये डब्ल्यू एन यू एम ओ एल ए नून ये एल ए नून वाई चीमा की भला तेन मौला ने लैना चीमा एच ई रा खड़ी दबर रा लावा कुफ कंजूस पी एच ए जी एल एम एन डी यू चीमा ये की भाग लगे रहन भाग लगे रहन
F A R O बेहगीबानी बेलाम वाकू वड्डी पेज थले जबर जेर चिट्टियां मर्चा खराब शैंपू साल पक्का लग पा अगे गाला पाइया इस गल तो प्रोडक्ट का मजाक ना कर फिर सही एक कर देनी फिर नहीं आर्डर मेरी जी करता असि तेरी प्रोडक्ट ना असि जी तू प्रोडक्ट खराब अपनी की देखना अंदर माल होर आउते तू लेबल होर लाया असि लेबल लाउन दी कोशिश कर जिन्ने लोग सुनते ना सारे नु पूछ लो कि मैं शक्लों लगदा कि नहीं जी मच्छा टी अली टा मीमा कुफ अली व आ मीम ये चीमा तामा आया आया ओए सही गल है औरी दिन आया ब्रादरी कदे नहीं जर्मन दा गया असि मुगल पूरी दुनिया नु पता हैं तेरे को 10 रुपए मंगे सी तू ओनू शर्ट चुक के थलो अपना हरा झोला दिखाता सी के मैं भी काम ते ही आ महल च चीमा जांदा ना ते बुआ हड़का के ते कहंदा वेख लो बाजी सानू बाहरों अंदरों मुंडे का पता लग रहा पट जो मर्चा इन्हों की लगी गए नी जा मुर्गा शुरू हो रहा ना इथो लैके पिछे पूछ तक अगे कली धौन लाई है पिछे सिर्फ ओदी पूछ लाई पिछले कमरे लोगों नूं दस दिंदा कि जिथों मुर्गा शुरू हुआ ना बाहर कढ लैंदे सी मशहूर हुंदा सी कि बई जिहड़ा 66 फुट दा सरिया ना ओ सिर्फ फैसल दा दादा फेरदा सी बाद अंधेरी रातों में सुनसान गटरों पर बस यार एकदम फुल लगे फुल लगे अच्छा मोठ ना लेने वो नागल वा के तन मोठ पड़ाई सी आहो मुगल से क्या था की गल वो भी तो इंसान यार देखो ना दा ओदे मतलब के तू हिसाब ला ओना दी अच्छाई दा हिसाब ला के 2 घंटे काम करके एंड ते सिर्फ एक गल कहंदे सी हाथ वा दे यार तुसी देखे ही नहीं पाए ये ते दादा जी कहंदे पर दादा जी भी नहीं सी कहंदे हाथ वा दे वो धो लेंदे विच ही यार जद तुसी देखे नहीं रो वो दबदबा इंज गटर दे ढक्कन ते खलो के कहंदे ये शाही गटर ट्रिक होंदी फरीद ਉਹਨੂੰ ਕੋਈ ਟ੍ਰਿਕ ਹੈਗੀ ਯਾਰ ਤੂੰ ਛੱਡ ਦੇ ਟ੍ਰਿਕ ਕੇ ਬੈ ਤੂੰ ਹੋਰ ਕੋਈ ਗੱਲ ਕਰ ਉਹਨੇ ਨਹੀਂ ਟ੍ਰਿਕ ਹੈਗਾ ਵਾ ਉਹਨੇ ਕਰੈਕਟਰ ਨੇ ਇੰਜ ਕਰਕੇ ਸਰੀਆ ਵੀ ਕੀਤਾ ਮੁੜ ਕੇ ਇੱਕ ਸਾਹਮਣੇ ਬੰਦਾ ਬੁਲਾ ਲਿਆ ਕਹਿੰਦੇ ਜੀ ਐਲੋ ਜੀ ਕਰ ਦਿੰਦੇ ਹੋ ਗਰਦਨ ਪਾ ਕੇ ਇੰਜ ਕਰਨ ਦੇ ਤੂੰ
ਦਾਦਾ ਜੀ ਪੱਟੀ ਰੱਖੀ ਤੇ ਉਹਨੇ ਕਰੈਕਟਰ ਨੇ ਵਿੰਗਾ ਕੀਤਾ ਤੇ ਵਿੰਗਾ ਹੋ ਗਿਆ ਉਹ ਟ੍ਰਿਕ ਹੁੰਦਾ ਵਾ ਹੱਥ ਦੀ ਉਹ ਸਰੀਆ ਹੁੰਦਾ ਵਾ ਫਲੈਕਸੀਬਲ ਉਹ ਟੁੱਟ ਗਈ ਟ੍ਰਿਕ ਕਰਕੇ ਆਹੋ ਫਲੈਕਸੀਬਲ ਦਾਦਾ ਜੀ ਇਹਨਾਂ ਦੇ 66 ਫੁੱਟੇ ਸਰੀਏ ਤੇ ਪਰਦਾਦਾ ਜੀ ਦਾ ਵੱਡਾ ਨਿਜ਼ਾਮ ਸੀ ਨਹੀਂ ਨਹੀਂ ਪਰਦਾਦਾ ਜੀ ਕੋ ਹੁੰਦਾ ਸੀ ਉਹ ਜਿਹੜਾ ਬਾਂਸ ਦੇ ਅੱਗੇ ਨਹੀਂ ਯੂ ਰਾਤ ਨੂੰ ਦਾਦਾ ਜੀ ਸਾਰੇ ਉਹ ਕਰਦੇ ਸੀ ਮੈਨੂੰ ਥੋੜੀ ਨਾ ਸਿੱਧਾ ਕਰਕੇ ਮੌਲਾ ਜੱਟ ਬਣ ਕੇ ਫਿਰਦੇ ਦਾਦੇ ਗਟਰ ਦੇ ਅੰਦਰ ਸਿਗਰਟ ਪੀ ਰਹੇ ਹੁੰਦੇ ਸੀ ਤੇ ਸਿਰਫ ਹੱਥ ਬਾਹਰ ਹੁੰਦਾ ਸੀ ਗੁੱਲ ਸਿੱਟਣ ਲਈ ਦਾਦੇ ਨੇ ਨਾ ਇੱਥੇ ਪੱਟੀ ਬੰਨੀ ਹੁੰਦੀ ਸੀ ਲਾਲ ਹਾਂ ਥੱਲੇ ਵੜ ਕੇ ਨਾ ਜਦੋਂ ਗਟਰ ਰੋਕੇ ਹੁੰਦਾ ਸੀ ਤੇ ਸਿਰਫ ਥੰਮ ਬਾਹਰ ਆਉਂਦਾ ਸੀ ਦਾਦਾ ਜੀ ਖੇਡਦੇ ਹੁੰਦੇ ਸੀ ਏਦਾਂ ਗਟਰ ਚ ਵੜੇ ਨੇ ਤੇ ਸਾਰੇ ਗਟਰ ਤੇ ਖੜੇ ਰਹਿੰਦੇ ਥੱਲੇ ਵੇਖ ਰਹੇ ਤੇ ਪਰਲੇ ਗਟਰ ਚੋਂ ਨਿਕਲ ਕੇ ਕਹਿੰਦੇ ਸੀ ਚਾ ਛਿੱਤੇ ਵੀ ਪਾਏ ਸੀਗੇ ਅੱਛਾ ਪਹਿਲੇ ਮੈਂ ਤੁਹਾਨੂੰ ਗੱਲ ਦੱਸ ਦਵਾਂ ਕਿ ਜਿਹੜੇ ਲੋਕ ਇਹ ਕੰਮ ਕਰਦੇ ਨਾ ਭਾਜੀ ਉਹ ਕੋਈ ਏਡੀ ਟੈਨਸ਼ਨ ਵਾਲੀ ਗੱਲ ਨਹੀਂ ਅਸੀਂ ਵੀ ਕਰਦੇ ਹਾਂ ਮੈਂ ਵੀ ਕੀਤਾ ਵਾ ਕਿਸੇ ਦੌਰ 'ਚ ਠੀਕ ਆ ਇਹਨੇ ਵੀ ਸਾਊਦੀ ਅਰਬ ਕੀਤਾ ਗਟਰ ਸਾਫ਼ ਇਹਨੇ ਦੱਸਿਆ ਜ਼ਿਕਰ ਕਿ ਭਾਈ ਹਾਲਾਤ ਐਸੇ ਸੀ ਲਿਆਦਾ ਇਹਨੂੰ ਕੋਈ ਪੇਸ਼ਾ ਵਾਰਾਨਾ 'ਚ ਲੋਕਾਂ 'ਚ ਡਿਵਾਈਡ ਨਹੀਂ ਕਰਨਾ ਜਸਟ ਬਸ ਲਾਈਕ ਕਾਮੇਡੀ ਕਰਨੀ ਬਸ ਇਹਨੂੰ ਇਹਨੂੰ ਸਮਝਾਓ ਨਾ ਦਾਦੇ ਦਾ ਨਾ ਲਵੇ ਇਹਨੂੰ ਕੌਣ ਕਹਿੰਦਾ ਇਹਨੂੰ 36 ਵਜੇ ਸਮਝਾਇਆ ਤੁਹਾਨੂੰ ਗੱਲ ਦੱਸਾਂ ਪਿਛਲੀ ਵਾਰੀ ਮੇਰੇ ਮੁਹੱਲੇ ਦੇ ਵਿੱਚ ਇੱਕ ਕਰੈਕਟਰ ਆਇਆ ਉਹਨੇ ਰਫੜ ਪਾ ਲਿਆ ਕਹਿੰਦਾ ਜੀ ਮੈਂ 500 ਰੁਪਈਆ ਲੈਣਾ ਨਾਲ ਹੀ ਸਾਫ਼ ਕਰਨ ਦਾ ਤੇ ਮੁਹੱਲੇ ਵਾਲੇ ਕੀ ਕਹਿਣ ਦੇ ਨੇ ਜੀ 300 ਦੇਣਾ ਬਸ ਫਿਰ ਉਸਤਾਦ ਜੀ ਮੈਂ ਤੇ ਮੇਰਾ ਇੱਕ ਯਾਰ ਆ ਬਾਈ ਕੰਮ ਮੁਬਾਰਕ ਸੇ ਸਾਫ਼ ਕਰੇਂਗੇ ਗਾਣਾ ਵੀ ਅਜੀਬ ਹੀ ਚੱਲਦਾ ਸੀ ਅਸੀਂ ਮੁਸ਼ਾਨ ਵਾਸਾ ਅਸੀਂ ਮੁਸ਼ਾਨ ਵਾਸਾ ਉਹ ਮੇਰੇ ਮੋਹ ਕਮਿਟ ਮੇਰੀ ਕੀ ਹੋਈ ਉਹਦੇ ਨਾਲ ਕਹਿੰਦਾ ਯਾਰ ਇੱਕ ਯਾਰ ਦਾ ਭਾਈ ਮੈਂ ਜ਼ਿੱਟ ਨਹੀਂ ਜਾਣਾ ਮੈਂ ਕੱਢ ਦਿੰਦਾ ਸਾਰਾ ਮੈਂ ਕਿਹਾ ਜ਼ਿੱਟ ਪੈ ਆਉਂਗਾ ਹਾਂ ਅਸੀਂ ਭਾਈ ਉਹਦੇ ਕੋਲ ਸਾਰਾ ਬਾਅਦ ਆਇਆ ਸੀ ਡੱਕ ਕੇ ਆ ਗਿਆ ਨਹੀਂ ਨਹੀਂ ਅਸੀਂ ਨਾ ਸੌਦੀਆ ਮੈਂ ਉਸਤਾਦ ਜੀ ਤੇ ਉੱਥੇ ਗਟਰ ਜਿਹੜਾ ਮਤਲਬ ਗਟਰ ਨਹੀਂ ਹੁੰਦੇ ਹਾਲ ਹੁੰਦੇ ਨੇ ਛੋਟੇ ਛੋਟੇ ਤੇ ਯਾਨੀ ਹੁਣ ਛੋਟਾ ਜਿਹਾ ਸੁਰਾਖ ਹੁੰਦਾ ਉਹਨੂੰ ਸਾਫ਼ ਕਰਨਾ ਤੇ ਹੁਣ ਹਾਲਾਤ ਇੱਦਾਂ ਦੇ ਹੋ ਗਏ ਮੈਂ ਵੀ ਨਾ ਸ਼ੁਰੂ ਕਰਤਾ ਤੇ ਮੈਂ ਕੀ ਕਰਨਾ ਮੈਂ ਬੰਗਾਲੀ ਲੈਣਾ ਕੋਈ ਆ ਇੰਡੀਅਨ ਤੇ ਸਾਡੇ ਭਰਾ ਹੀ ਹੁੰਦੇ ਨੇ ਵੀ ਲੇਕਿਨ ਇਹ ਉਹ ਮੈਂ ਠੇਕੇਦਾਰ ਟੈਪ ਤੇ ਮੈਂ ਇੱਦਾਂ ਨਾ ਉਹ ਕਰਵਾ ਲੈਣਾ ਹੁਣ ਇੱਕ ਮੇਰਾ ਯਾਰ ਤੇ ਉਹ ਗੁਜਰ ਤੇ ਉਹ ਨਵਾਂ ਨਵਾਂ ਪਾਕਿਸਤਾਨ ਨੂੰ ਗਿਆ ਤੇ ਮੁੱਛ ਐਂ ਕਰਕੇ ਐਨ ਨਾਲੇ ਕਰਨਾ ਕਹਿੰਦਾ ਆ ਜੋਰੀ ਕਿੱਦਾਂ ਮੈਂ ਕਹਿੰਦਾ ਓਕੇ ਸੁਣਾ ਇੱਕ ਦਿਨ ਮੈਂ ਉਹਨੂੰ ਕਿਹਾ ਯਾਰ ਆਜਾ ਨਦੀਮ ਚੱਲੀਏ ਇੱਕ ਕੰਮ ਜਾਣਾ ਕਹਿੰਦਾ ਕਿੱਧਰ ਮੈਂ ਕਿਹਾ ਯਾਰ ਉਹ ਹਾਲ ਹੈਗਾ ਵਾ ਕਹਿੰਦਾ ਹਾਲ ਕੀ ਮੈਂ ਕਿਹਾ ਉਹ ਗਟਰ ਨਹੀਂ ਹੁੰਦਾ ਕਹਿੰਦਾ ਆਹੋ ਆਹੋ ਮੈਂ ਕਿਹਾ ਯਾਰ ਉਹ ਜ਼ਰਾ ਆਪਾਂ ਪੈਪ ਪੂ ਮਾਰਨਾ ਵਾ ਤੇ ਆਪਾਂ ਪੈਸੇ ਉਹਦੇ ਕੋਲ ਪੜ੍ਹਨੇ ਤੇ ਆ ਜਾਣਾ ਕਹਿੰਦਾ ਉਹ ਬੱਸ ਕਰਦੇ ਗੰਦਾ ਕੰਮ ਚਵਲਾ ਮਾਰਨ ਡਿਆ ਨਾ ਖਾਨਦਾਨੀ ਬੰਦੇ ਨਾ ਗੰਦ 'ਚ ਕਦੀ ਹੱਥ ਮਾਰਿਆ ਤੇ ਨਾ ਗੰਦ ਵੱਲ ਵੇਖਿਆ ਪਿਓ ਉਹਨੇ ਦੋ ਹੀ ਗੱਲਾਂ ਕੀਤੀਆਂ ਸੀ ਪੁੱਤ ਗੰਦ 'ਚ ਹੱਥ ਨਹੀਂ ਮਾਰਨਾ ਤੇ ਝੂਠ ਨਹੀਂ ਗਾਣਾ ਮੈਂ ਉਹਨੇ ਉਸਤਾਦ ਜੀ 5-7 ਗੱਲਾਂ ਸੁਣਾਈਆਂ ਮੈਂ ਕਿਹਾ ਠੀਕ ਆ ਯਾਰ ਮੈਂ ਉਹ ਨਾਲ ਬੰਗਾਲੀ ਲਿਆ ਤੇ ਅਸੀਂ ਚਲੇ ਗਏ ਉਹ ਜਾ ਕੇ ਹੋਲ 'ਚ ਐਂ ਕਰਕੇ ਦੋ ਕੁ ਵਾਰੀ ਉਹਨੇ ਪੈਪ ਮਾਰਿਆ ਸਾਫ਼ ਕਰਕੇ ਅਸੀਂ ਵਾਪਸ ਆਉਣ ਡੇ ਤੇ ਹੁਣ ਉੱਧਰੋਂ ਉਹ ਟੁਰਿਆ ਰਹਿਣ ਦੀ ਪੈਸੇ ਕਿੰਨੇ ਲਏ 500 ਰਿਆਲ 500 ਰਿਆਲ 500 ਰਿਆਲ ਅੱਧੇ ਘੰਟੇ 'ਚ 500 ਰਿਆਲ ਫੜਿਆ ਤੇ ਹੁਣ ਮੈਂ ਗਿਣਨ ਡਿਆ ਵਾਂ ਤੇ ਨਾਲ ਮੇਰੇ ਬੰਗਾਲੀ ਤੇ ਮੈਂ ਉਹਨੂੰ ਨਾ ਇੰਜ ਫੜਾਉਣ ਡਿਆ ਵਾਂ ਤੇ ਨਦੀਮ ਉੱਧਰੋਂ ਦੀ ਆਉਣ ਡਿਆ ਮੈਂ ਕਹਿੰਦਾ ਕਿੱਧਰ ਸੁਣਾ ਕੀ ਕਰ ਗਿਆ ਮੈਂ ਕਿਹਾ ਯਾਰ ਉਹੀ ਉਹ ਗਟਰ ਵਾਲਾ ਕੰਮ ਕਰ ਗਿਆ ਤੇ ਮੇਰੇ ਕਹਿੰਦਾ ਉੱਥੋਂ ਮਿਲੇ ਆ ਮੈਂ ਕਿਹਾ ਉਹ ਤੇ ਅਸੀਂ ਪੈਸੇ ਗਿਣਨ ਕਹਿੰਦਾ ਯਾਰ ਗਾਂ ਤੂੰ ਉਹਨੂੰ ਵੀ ਕਿਤੇ ਲੈ ਜਾ ਗਾਂ ਤੋਂ ਫਰੀਦ ਸਾਹਿਬ ਨੇ
ਉਹਨਾਂ ਦੇ ਗਟਰਾਂ ਚ ਵੱਟੇ ਲੱਭਣੇ ਸ਼ੁਰੂ ਕਰ ਦਿੱਤੇ। ਗਟਰ ਕਢਾ ਲਓ, ਗਟਰ ਕਢਾ ਲਓ। ਯਾਰ ਰੀ ਸਾਹਿਬ ਰਾਤ ਨੂੰ ਜਾ ਕੇ ਆਪ ਫਸਾਉਂਦੇ ਸੀ ਕੁਛ ਤੇ ਸਵੇਰ ਨੂੰ ਐਵੇਂ ਉਹਨਾਂ ਦੇ ਅਰਬੀ ਦੇ ਆਲੇ ਦੁਆਲੇ ਫਿਰੀ ਜਾਂਦਾ ਸੀ ਸਰੀਆ ਲੈ ਕੇ। ਉਹ ਕਹਿੰਦਾ ਆਹ ਆਹ ਤਾਂ ਫਸਾ ਲਿਆ ਪੁੱਤ ਫਿਰ ਇੱਕ ਵਾਰੀ ਨਾ ਜੈਨੂਅਨ ਉਸਤਾਦ ਜੀ ਰੌਲਾ ਬਣਿਆ ਅਸੀਂ ਨਾ, ਯਾਨੀ ਇਹ ਕੋਈ ਕੰਮ ਹੁਣ ਆਪਣੀ ਕੋਈ ਵਡਿਆਈ ਨਹੀਂ ਜਾਂ ਕੁਛ ਵੀ, ਉਸਤਾਦ ਜੀ ਅਸੀਂ ਕੰਮ ਕਰਨ ਡੇ ਤੇ ਉਹ ਨਾ ਅਸੀਂ ਪੈਪ ਪਾ ਦਿੱਤਾ ਮੇਰੇ ਨਾਲ ਇੱਕ ਸਾਧਕ ਨਾਂ ਦਾ ਕਰੈਕਟਰ ਤੇ ਉਹ ਬੜਾ ਪਾਗਲ ਟੈਪ। ਉਹਨੇ ਕੀ ਕੀਤਾ ਪੈਪ ਪਾਈ ਜਾ ਰਿਹਾ ਵਾ ਤੇ ਹੁਣ ਕੋਠੀ ਦੇ ਤੁਹਾਨੂੰ ਪਤਾ ਜਿਵੇਂ ਕੋਠੀਆਂ ਦੇ ਆਲੇ ਦੁਆਲੇ ਗਲੀ ਹੁੰਦੀ, ਅਸੀਂ ਉਹ ਵਿੱਚੋਂ ਪੈਪ ਪਾਈ ਜਾ ਰਹੇ ਤੇ ਮੈਨੂੰ ਕਹਿੰਦਾ ਉਸਤਾਦ ਜੀ ਨਹੀਂ। ਮੈਂ ਕਿਹਾ ਕੀ ਹੋਇਆ? ਕਹਿੰਦਾ ਪੈਪ ਹੋਰ ਲੱਗਣਾ। ਮੈਂ ਕਿਹਾ ਠੀਕ ਆ, ਮੈਂ ਦੁਕਾਨ ਤੋਂ ਨਾ ਪੈਪ ਇੱਕ ਹੋਰ ਲੈ ਆ। ਉਸਤਾਦ ਜੀ ਉਹ ਉਹਨੇ ਉਹ ਵੀ ਨਾਲ ਉਹ ਜੋੜ ਕੇ ਨਾ ਪਲਾਸਟਿਕ ਦਾ ਉਹਨੇ ਜੋੜ ਕੇ ਉਹ ਵੀ ਧੁੰਨ ਦਿੱਤਾ। ਮੈਂ ਕਿਹਾ ਹੁਣ? ਕਹਿੰਦਾ ਨਹੀਂ ਉਸਤਾਦ ਹੋਰ ਲੈਣਾ, ਪੈਪ ਹੋਰ ਲੱਗਣਾ। ਉਸਤਾਦ ਜੀ ਮੈਂ ਫਿਰ ਪੈਪ ਲੈਂਦਾ, ਉਹਨੇ ਉਹ ਵੀ ਤੁੰਨ ਕੇ ਨਾ ਕਹਿੰਦਾ ਯਾਰ ਮੈਨੂੰ ਸਮਝ ਨੀ ਆਂਟੀ ਯਾਰ ਇੰਨਾ ਦੂਰ ਜਾਣ ਕਿੱਥੇ ਦਿਆ। ਤੇ ਹੁਣ ਨਾ ਮੈਂ ਕੀ ਕਹਿੰਦਾ ਯਾਰ ਉਸਤਾਦ ਇੱਕ ਦੋ ਹੋਰ ਪੈਪ ਫੜ ਲਿਆ ਤੇ ਮੈਂ ਉਹ ਪੂਰਾ ਦੱਥਾ ਜਿਹਾ ਇਹਨਾਂ ਮੋਢੇ ਤੇ ਰੱਖਿਆ ਪੈਪਾਂ ਦਾ ਲੈ ਤੇ ਉਹ ਹੀਟਰ ਨਾਲ ਜੋੜੀ ਜਾ ਰਿਹਾ ਤੇ ਨੰਘਾਈ ਜਾ ਰਿਹਾ ਤੇ ਹੁਣ ਨਾ ਅਸੀਂ ਨਾਲ ਦੇ ਘਰ ਗਏ, ਨਾਲ ਦੇ ਘਰ ਅਸੀਂ ਉਹਨਾਂ ਕੋਲ ਪਾਣੀ ਮੰਗਿਆ ਤੇ ਉਹ ਨਾ ਉਹ ਅਰਬੀ ਕਹਿੰਦਾ ਯਾਰ ਅਸੀਂ ਧਾਲ 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 ਕਹਿੰਦਾ ਯਾਰ ਗੱਲ ਸੁਣ। ਮੈਂ ਕਿਹਾ ਹੀ ਵਾ? ਕਹਿੰਦਾ ਹਾਂ ਨਾ ਮਸੂਰਾ ਹੱਗ ਕਹਿੰਦਾ ਜਿਹੜਾ ਪੈਪ ਤੁਹਾਡਾ। ਮੈਂ ਕਿਹਾ ਲਾ 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 ਸਾਡਾ ਨਹੀਂ ਸਾਡਾ ਨਹੀਂ। ਅਸੀਂ ਵਾਪਸ ਆਏ ਉਹ ਬੰਦੇ ਦੇ ਨਾ ਟੋਮਣ ਜਾਰੀ ਦਾ ਟੋਂ ਮੇਰੇ ਉਹ ਹੋਇਆ। ਮੈਂ ਕਿਹਾ ਹੈ ਕਿੱਥੇ? ਤੇ ਮੈਂ ਵੇਖਿਆ ਤੇ ਵਲ ਖਾਦਾ ਉਹਦੇ ਘਰੋਂ ਨਿਕਲੇ। ਉਹ ਜਦੋਂ ਮੈਂ ਜਾ ਕੇ ਵੇਖਿਆ ਨਾ ਤੇ ਉਧਰੋਂ ਤੁੰਨੀ ਜਾ ਰਿਹਾ ਤੇ ਉਧਰੋਂ ਆਈ ਜਾ ਰਿਹਾ ਤੇ ਉਧਰੋਂ ਨਿਕਲੀ ਜਾ ਰਿਹਾ। ਮੈਂ ਕਿਹਾ ਸਾਧਕ ਉਹ ਯਾਰ ਠਹਿਰ ਜਾ ਯਾਰ। ਕਹਿੰਦਾ ਡਾ ਡਾ ਬਹੁਤ ਸਾਧਕ ਠਾ ਤਾਂ ਜੀ ਮੈਂ ਉਹਦੇ ਮੋਢਿਆਂ ਤੋਂ ਫੜ ਕੇ ਉਠਾਇਆ। ਅਰਬੀ ਆਇਆ ਕਹਿੰਦਾ ਮੁੱਖ ਮਗ ਵੀ ਖੁਮਾਰ ਉਹ ਕਹਿੰਦਾ ਤੇਰੀ ਪੂਰੀ ਜਲੇਬੀ ਬਣ ਗਈ ਉਹ ਉਧਰੋਂ ਦੀ ਨਿਕਲੀ ਉਧਰੋਂ ਦੀ ਨਿਕਲੀ ਜਾਣ ਉਧਰੋਂ ਦੀ ਬਾਡੀ ਜਾਣ ਉਧਰ ਰੋਲ ਹੋਈ ਜਾ ਉਹਨੇ ਕਿਹਾ ਤੇਰੀ ਉਧਰ ਜਲੇਬੀਆਂ ਬਣ ਗਈ। ਅਰਬੀ ਨੇ ਜੁਗਤ ਕਰਤੀ ਹੈ ਦਾਦਾ ਜੀ ਨੇ ਪਹਿਲੇ ਗਟਰ ਦਾ ਢੱਕਣ ਲਾਣਾ ਵਾ ਤੇ ਆਈਸ ਕ੍ਰੀਮ ਦਾ ਢੱਕਣ ਤਰ੍ਹਾਂ ਪਹਿਲੇ ਆਇਆ। ਇਹਦੇ ਦਾਦਾ ਜੀ ਨੇ ਮਾਰੀ ਭਾਈ ਗਟਰ ਚ ਛਾਲ ਇੱਕ ਰਕਸ਼ੇ ਵਾਲੇ ਨੂੰ ਕਿਤੇ ਪਤਾ ਨੀ ਚੱਲਿਆ ਉਹਦਾ ਟਾਇਰ ਫਸ ਗਿਆ ਉਹਨੇ ਭਾਈ ਬਾਹਰ ਕੱਢਿਆ ਤੇ ਇਹਦੇ ਦਾਦਾ ਜੀ ਬਾਹਰ ਆਣ ਕਹਿੰਦੇ ਆ ਟੱਕਰ ਨੀ ਨਜ਼ਰ ਆਇਆ ਮੇਰੀ ਜੁੱਤੀ ਤੇ ਨਜ਼ਰ ਆਈ ਬਾਹਰ ਜੁੱਤੀ ਤੇ ਪਈ। ਇਹਦੇ ਦਾਦਾ ਜੀ ਗਟਰ ਕੱਢਣ ਡੇ ਤੇ ਕਿਸੇ ਨੇ ਕਿਹਾ ਤੇਰੇ ਨਾ ਦੋਸਤ ਮਿਲਣ ਆ ਰਹੇ ਨੇ ਤੇ ਉਹ ਹੀਰੋ ਟਾਇਪ ਵੀ ਸੀ ਤੇ ਕੰਘਾ ਡਬੋ ਡਬੋ ਕੇ ਨਾ ਤੇ ਇੰਜ ਪਾਣੀ ਲਾ ਕੇ ਸਿਰ ਬੌਂਡ ਤੇ ਫਾਸਟ ਬੋਲਰਾਂ ਤਰ੍ਹਾਂ ਭਾਈ ਗਟਰ ਚੋਂ ਬਾਹਰ ਨਿਕਲ ਕੇ ਇਹਦੇ ਦਾਦਾ ਜੀ ਆਇਆ ਕਰਨ। ਯਾਰ ਫੈਸਲ ਤੋਂ ਕਿਉਂ ਆਪਣੇ ਯਾਰ? ਅੱਛਾ ਗਟਰ ਦੇ ਕੋਲ ਜਾ ਕੇ ਤਾਂ ਦਾਦਾ ਕਰਦਾ ਡੀਓ ਨੇ ਵੀ ਤੋਂ ਕਹਿ ਗਈ ਭਾਈ ਗਟਰ ਚ ਵੜਿਆ ਵਾ ਤੇ ਮੂੰਹ ਚ ਲੈਚੀਆਂ ਪਾਈਆਂ। ਮੈਂ ਕਿ ਇੱਦਾਂ ਸਮੈਲ ਨਹੀਂ ਆਉਂਦੀ ਸਮੈਲ ਨਹੀਂ ਇੰਡੀਆ ਇੰਡੀਆ ਚ ਸੀ ਨਾ ਇਹਦੇ ਦਾਦਾ ਜੀ ਤੇ ਇੰਜ ਕਰਕੇ ਰਾਮਜਾਨ ਦੇ ਟੈਪ ਬਾਹਰ ਆਏ ਨੇ ਤੇ ਉਹਨੇ ਕਿਹਾ ਗਟਰ ਚੋਂ ਨਿਕਲ ਕੇ ਬਾਹਰ ਆਏ ਨੇ ਇੱਕ ਬੰਦੇ ਨੇ ਕਿਹਾ ਕੌਣ ਹੈ ਆਪ? ਕਹਿੰਦਾ ਭੂਪਨ ਕੋ ਨਹੀਂ ਜਾਣਤਾ ਟੱਕਾ ਬੰਬਈ ਆਪਣੇ ਕੋਲ ਟੱਕਾ ਬੰਬਈ ਟੱਕਾ ਬੰਬਈ ਟੱਕਾ ਬੰਬਈ ਟੱਕਾ ਬੰਬਈ ਆਪਣੇ ਕੋਲ ਜਾਣਦਾ ਵੀਰੋ ਅਬੇ ਤੂੰ ਵੀਰੋ ਭੂਪਨ ਕੋ ਨਹੀਂ ਜਾਣਤਾ ਇਹਦਾ ਆਪਾਂ ਚਾਰ ਦੋ ਨੰਬਰ ਜੇ ਸਾਰਿਆਂ ਨੂੰ ਇਕੱਠੇ ਕਰਕੇ ਵੱਡੇ ਮੁੰਡੇ ਨੂੰ ਬਾਲਟੀ ਫੜਾਉਂਦੇ ਵਿੱਚੋਂ ਕੱਢ ਕੇ ਲਿਆਈ। ਯਾਰ ਇਹਦੇ ਦਾਦੇ ਨੂੰ ਕਿਸੇ ਨੇ ਉਹ ਇੰਨਾ ਕੰਮ ਕਰਦਾ ਸੀ ਵਿਚਾਰਾ 24 ਘੰਟੇ ਉਹੀ ਲੈਂਗੁਏਜ ਬੋਲਦਾ ਸਪੀਡ ਚ ਕਿਸੇ ਨੇ ਪੁੱਛਿਆ ਕੀ ਪੱਕਾ? ਕਹਿੰਦਾ ਭਾਈ ਆਲੂ ਗਟਰ ਪੱਕੇ ਉਹਨਾਂ ਨੇ ਤਾਂ ਲੱਗਦਾ ਕਰਨਾ ਹੀ ਕਰਨਾ ਫਿਰ ਹੈ ਜਦੋਂ ਤੁਸੀਂ ਨੀ ਬਾਦ ਆਉਣਾ ਤੇ ਉਹਨਾਂ ਦੇ ਚਪਲਾਂ ਮਾਰਨੀ ਹੀ ਮਾਰਨੀ ਉਸਤਾਦ ਜੀ ਫਿਰ ਠੀਕ ਹੈ ਨਾ।
अच्छा गटर कढ़न दा काम करदे सी ते अपनी नाली चो गेंद कढ़न दी हत्त ते छापर चढ़ाउंदे यार ये केड़ी एहतियात नहीं नहीं गटर दे तो पागल जदों साडी अपनी हुंदी सी उदों सी छापर कदों चढ़ांदे सानूं पता साडी अपनी हिसाब ही है इहदे दादा ही मर गए ते मगर अब्बा इहदा जिहड़ा ना इहदा गटर जफ्फा गा के कहिंदा ਇਹ ਮੇਰਾ ਆਟਾ ਹੈ ਗਟਰ ਚ ਲਿੰਬੂ ਨਿਚੋੜ ਕੇ ਛਾਲ ਮਾਰਨ ਦਿਆ ਮੈਂ ਕਿਹਾ ਇਹ ਕੀ ਕਹਿੰਦਾ ਮੇਦਾ ਸਾਫ ਰਹਿੰਦਾ ਕਹਿੰਦਾ ਇਹਦਾ ਜਿਹੜਾ ਗਾਰਾ ਲੱਗਣਾ ਨਾ ਉਹਦੇ ਜਿਲਦ ਨਹੀਂ ਖਰਾਬ ਹੁੰਦੀ ਗਟਰ ਤੇ ਖਲੋਤਾ ਪਿੱਛੋਂ ਇੱਕ ਬੰਦਾ ਆ ਕੇ ਵਿੱਚ ਵੱਜਾ ਤੇ ਗਟਰ ਦੇ ਵਿੱਚ ਸਿੱਧਾ ਹੀ ਬਾਰਾ ਕਹਿੰਦਾ ਮੈਨੂੰ ਡੱਕਾ ਕਿੰਨੇ ਮਾਰਿਆ ਗਟਰ ਚ ਬਾਹਰ ਨਿਕਲਿਆ ਉਹਨਾਂ ਹੱਥਾਂ ਨੇ ਨਸਵਾਰ ਕੱਢੀ ਤੇ ਵਿੱਚ ਹੀ ਨਸਵਾਰ ਤੇ ਵਿੱਚ ਹੀ ਅੱਧਾ ਕਮਾਲ ਮਿਕਸ ਮੁਕਸ ਕਰਕੇ ਨਾ ਗੋਲੀ ਚ ਬਣਾ ਕੇ ਮਾਲਕਾਂ ਨੂੰ ਕਹਿ ਰਿਹਾ ਬਾਵਿਆ ਚੱਕ ਕਰ ਲੈਣਾ ਗਟਰ ਚੋਂ ਨਿਕਲ ਕੇ ਭਾਈ ਛਿੱਤਰ ਨਾ ਆਪਣਾ ਕੰਨ ਸਾਫ ਕਰਨ ਛਿੱਤਰ ਸ਼ੁਕਰ ਕਰੋ ਕੋਈ ਮਰਾ ਚੂਚਾ ਨੀ ਕੱਢਤਾ ਉਹਨੇ ਗਟਰ ਚੋਂ ਨਿਕਲਦੇ ਸਾਰੀ ਮੈਡੀਕਲ ਸਟੋਰ ਚ ਵੜ ਕੇ ਮਹੱਲੇ ਚ ਪਬਲ ਸਿਟੀ ਦੀ ਸ਼ਾਪਰ ਚ ਗਾਰਾ ਪਾ ਕੇ ਦੇਣ ਸਾਡਾ ਬਿਜ਼ਨਸ ਗਟਰਾਂ ਵਾਲਾ ਕੰਮ ਕਰਕੇ ਸਰਵਿਸ ਤੋਂ ਰਿਟਾਇਰ ਹੋ ਗਿਆ ਤੇ ਆਪਣੀ ਪੀਲੀ ਜਾਲੀ ਵਾਲੀ ਜੈਕਟ ਝੁੰਮਣ ਦੇ ਗਟਰ ਚੋਂ ਨਿਕਲਿਆ ਹੀ ਹੈ ਤੇ ਸਹੁਰਾ ਦੂਰ ਹੋਣ ਡਿਆ ਉਸੇ ਤਰ੍ਹਾਂ ਜੱਫੀ ਪਾ ਕੇ ਹੱਥ ਚੁੰਮਣ ਡਿਆ ਸਾਰਾ ਕਾਰਟਨ ਖਰਾਬ ਕਰ ਤੇਰੇ ਵੇਖ ਲਓ ਲੱਗਦਾ ਕੌਣ ਹੈ ਅੱਛਾ ਆਪਾਂ ਤੇ ਗੁੱਸੇ ਚ ਕਹਿੰਦੇ ਨਾ ਆਪਣਾ ਪਾਰਾ ਹਾਈ ਨਾ ਕਰੀ ਇਹਦੇ ਦਾਦਾ ਜੀ ਕਹਿੰਦੇ ਸੀ ਮੇਰਾ ਗਾਰਾ ਇਹਦੇ ਦਾਦਾ ਜੀ ਬੜੇ ਹੀ ਆਹ ਹਾਲੇ ਗਟਰ ਉੱਤੋਂ ਹੀ ਭਾਈ ਇੱਕ ਕੁੱਤਾ ਵੀ ਡੇ ਇਹਦੇ ਦਾਦਾ ਜੀ ਬਾਹਰ ਕਹਿੰਦੇ ਤੂੰ ਕਰ ਲਾ ਸਾਫ ਤੂੰ ਪਹਿਲੇ ਕਰ ਲਾ ਤੈਨੂੰ ਪਤਾ ਕਿੱਥੇ ਡੱਕਾ ਲੱਗਾ ਬਾਹਰ ਆ ਨਹੀਂ ਕੁੱਤੇ ਨੂੰ ਬਾਹਰ ਕਹਿੰਦੇ ਪਹਿਲੇ ਪੁੱਤ ਪਹਿਲੇ ਸਿੱਖ ਅੱਛਾ ਕੁੱਤਾ ਫੜ ਕੇ ਝੁੰਡਣ ਸਵੇਰੇ ਸਵੇਰੇ ਦਾਦਾ ਤੇ ਇਹਦਾ ਦਾਦਾ ਤੇ ਪੜਦਾਦਾ ਆਪਸ ਇਹ ਬਹਿਸ ਕਰ ਦਿੰਦੇ ਨਹਾ ਲਓ ਆਫਿਸ ਤੇ ਦੇਰ ਹੋ ਰਹੀ ਹੈ ਟੋਰੀ ਗਟਰ ਸਾਫ ਕਰਦੇ ਸੀ ਸਿੱਧਾ ਸਾਫ ਕਰਕੇ ਨਾ ਬਾਅਦ ਚੋਂ ਗਟਰ ਮਾਰਾ ਨੀਵਾਂ ਕਰਕੇ ਏਦਾਂ ਪਾਣੀ ਵੀ ਮਾਰ ਸਮਝੀ ਭਾਈ ਇੱਕ ਦਿਨ ਇਹਦਾ ਦਾਦਾ ਗਟਰ ਸਾਫ ਕਰਕੇ ਬਾਹਰ ਆਇਆ ਨਹੀਂ ਨਹੀਂ ਉਹ ਬੰਦੇ ਨੇ ਕਿਹਾ ਉਹਨੇ ਕਿਹਾ ਉਸਤਾਦ ਜੀ ਫੁੱਲ ਸਾਫ ਕਰਦਾ ਕਹਿੰਦਾ ਬਾਬਾ ਜੀ ਏਦਾਂ ਦਾ ਕਰਦਾ ਵਿੱਚ ਭਾਵੇਂ ਨਾਲ ਲਾ ਲਓ ਇੱਕ ਵਾਰੀ ਦਾਦਾ ਦੂਰ ਸੀ ਤੇ ਫੋਨ ਤੇ ਉਹਨਾਂ ਨੇ ਕਿਹਾ ਜੀ ਸਾਡੇ ਡੱਕਾ ਲੱਗ ਗਿਆ ਵਾ ਕਹਿੰਦਾ ਜੀ ਡੱਕੇ ਦੇ ਕੋਲ ਜਾ ਕੇ ਸਿਰਫ ਇੰਨਾ ਕਹਿਣਾ ਚੀਮਾ ਆ ਰਿਹਾ ਕਿਹੜਾ ਹੀਰੋ ਸੀ ਜਿਹਨੇ ਕਾਪੀ ਬਣਾਈ ਹੁੰਦੀ ਹੈ ਸਰੀਰ ਦੇ ਸਰੀਰ ਚੇਟੀ ਜਿੰਨੇ ਮਹੱਲੇ ਦੇ ਗਟਰ ਸੀ ਨਾ ਜਿਹੜੇ ਖਰਾਬ ਬੰਦ ਉਹਨਾਂ ਦੀਆਂ ਤਸਵੀਰਾਂ ਖਿਚਾ ਕੇ ਨਾ ਪੂਰੀ ਕੰਧ ਤੇ ਲਾਈਆਂ ਸੀ ਜਿਹੜਾ ਇੱਕ ਕਲੀਅਰ ਕਰ ਹੁੰਦਾ ਸੀ ਆ ਕੇ ਉੱਤੇ ਕਾਟਾ ਲਾ ਦਿੰਦਾ ਕਿਆ ਔਖੇ ਘਰ ਆਇਆ ਮੈਂ ਮਰੇ ਮੇਰਾ ਕੀ ਦਾਦਾ ਜਬਰਾਨ ਡੌਨ ਸੀਗਾ ਬਲਕਿ ਇੱਕ ਬੜਾ ਪੁਰਾਣਾ ਜਿਹਾ ਗਟਰ ਸੀ ਉਹਦੇ ਲਾਗੋ ਲੰਘ ਕੇ ਉਹਨੂੰ ਕਹਿ ਰਿਹਾ ਅਗਲਾ ਨੰਬਰ ਤੇਰਾ ਇੱਕ ਗਟਰ ਤੇ ਭਾਈ ਸਾਫ਼ ਹੀ ਨਹੀਂ ਹੁੰਦਾ ਇਹਦੇ ਦਾਦਾ ਜੀ ਛਾਲ ਮਾਰਨ ਤੋਂ ਪਹਿਲੇ ਕਹਿ ਦਿੰਦੇ ਇਸ ਗਟਰ ਚੋਂ ਹੁਣ ਮੇਰੀ ਲਾਸ਼ ਨਿਕਲੀ ਤੇ ਫਿਰ ਉਹੀ ਗੱਲ ਹੋਈ ਤੈਨੂੰ 36 ਵਾਰੀ ਕਿਹਾ ਕਿਉਂ ਨਾ ਵਿਚਾਰੇ ਨੂੰ ਮਰਿਆ ਨੂੰ ਪਿੱਛੇ ਕੀ ਸਾਲੇ ਸਵਾਪ ਪਹੁੰਚਾ ਰਿਹਾ ਤੂੰ ਨਾ ਕਰਿਆ
ਨਾ ਕਰਿਆ ਤੈਨੂੰ 36,000 ਰੋਕਿਆ ਨਾ ਕਰਿਆ ਜੀ ਮੈਂ ਤੇ ਵਿਸ਼ ਦੱਸੀ ਹੈ ਕਿ ਦਾਦਾ ਜੀ ਕਹਿੰਦੇ ਸੀ ਕਿਉਂ ਹਰ ਗੱਲ 'ਚ ਤੂੰ ਦਾਦਾ ਪਾਉਂਦਾ ਵਾ ਅੱਬੂ ਹੋ ਗਏ ਦਾਦਾ ਜੀ ਹੋ ਗਏ ਮੈਂ ਉਹਨਾਂ ਨੂੰ 24 ਘੰਟੇ ਮੇਰੇ ਜ਼ਿਹਨ 'ਚ ਨਹੀਂ ਨਿਕਲਦਾ ਤੂੰ ਕਹਿ ਬੜੇ ਜੰਗਜੂ ਸੀ ਕਿਸੇ 'ਚ ਤੂੰ ਕਹਿੰਦਾ ਬੜੇ ਜੰਗਜੂ ਸੀ ਕਿਸੇ ਤੂੰ ਕਹਿੰਦਾ ਮੁਗਲ ਸੀ ਕਿਸੇ 22 ਮੋਮਬੱਤੀਆਂ ਜਲਾ ਕੇ ਨਾ 22 ਮੋਮਬੱਤੀਆਂ ਜਲਾ ਕੇ ਟਾਈਮ ਗੱਡੀ ਕੱਢਣਾ ਹੋਵੇ ਨਾ ਇਹ ਕਹਿਣਾ ਦਾਦਾ ਜੀ ਫਿਰ ਗੱਲ ਹਾਂ ਉਹਦੇ ਆਲੇ ਦੁਆਲੇ ਹੁਣ ਤੂੰ ਕਰ ਲੈ 22 ਮੋਮਬੱਤੀਆਂ ਜਲਾ ਕੇ ਨਾ ਮੇਰੇ ਦਾਦਾ ਜੀ ਤੇ ਤਲਵਾਰ ਨਾਲ ਇੰਜ ਕਰਦੇ ਸੀ ਤੇ ਪੁੱਜ ਜਾਂਦੀਆਂ ਸੀ ਵਾਹ ਛਾਲ ਮਾਰੀ ਤੇ ਉਹਦੇ ਚ ਪਹਿਲੇ ਕਿਤੇ ਲਾਸ਼ ਪਈ ਸੀ ਤੇ ਉਹਨੂੰ ਵੇਖ ਕਹਿੰਦੇ ਜਦੋਂ ਨਹੀਂ ਕੰਮ ਆਉਂਦਾ ਤੇ ਸ਼ਾਮ ਪੈ ਗਈ ਗਟਰ ਨਹੀਂ ਖੁੱਲਣ ਦਿਆ ਇਹਦੇ ਦਾਦੇ ਨੂੰ ਲੋਕੀ ਦੇਖ ਦੇਖ ਕੇ ਤਾਨੇ ਮੀਣੇ ਮਾਰਨ ਦੇ ਤੇ ਬਾਹਰ ਨਿਕਲ ਨਿਕਲ ਕੇ ਉਹਨਾਂ ਨੂੰ ਕਹਿੰਦੇ ਨਾ ਕੱਢਾਂਗਾ ਮੇਰੇ ਮੂੰਹ ਤੇ ਥੁੱਕ ਦਿਓ ਫੈਸਲ ਫਿਰ ਨਾਂ ਵਿੱਚ ਲਿਆ ਕਰੋ ਯਾਰ ਜੀ ਤੁਸੀਂ ਦੱਸਣਾ ਜੀ ਕਿੰਨੀ ਵਾਰੀ ਇਹਨੂੰ ਰੋਕਿਆ ਕਿ ਨਾ ਕਰਿਆ ਕਰੋ ਅਸੀਂ ਚੱਲਦੀ ਚੱਲਦਾ ਪ੍ਰੋਗਰਾਮ ਜਿਹੜਾ ਉਹ ਫਿਰ ਤੁਹਾਨੂੰ ਪਤਾ ਕਿੱਦਾਂ ਦਾ ਹੁੰਦਾ ਚੱਲਦਾ ਪ੍ਰੋਗਰਾਮ ਫਾਸਟ ਹੁੰਦਾ ਵਾ ਖੁੱਲੀ ਖੁੱਲੀ ਘੜੀ ਪਾ ਕੇ ਦਾ ਟਾਈਮ ਚੈੱਕ ਕਰਨ ਲੱਗਾ ਉਹ ਘੜੀ ਡਿੱਗ ਗਈ ਤੇ ਕੱਲੀ ਬਾਹਰ ਕਰੀ ਆਹੋ ਇਹੋ ਕਈ ਇੰਜ ਕਰਦੇ ਆ ਸਾਈਕਲਾਂ ਦਾ ਵੀ ਨਾਲ ਨਾਲ ਦਾਦਾ ਜੀ ਕੰਮ ਕਰਦੇ ਸੀ ਤੇ ਗਟਰ ਵੀ ਕਰਦੇ ਸੀ ਉਹ ਜਿਸ ਨਾਲ ਟਾਇਰ ਨਹੀਂ ਖੋਲੀਦਾ ਉਹਦੇ ਨਾਲ ਜਾ ਕੇ ਥੋੜਾ ਥੋੜਾ ਗਟਰ ਦਾ ਟੁੱਟ ਅੱਛਾ ਡਾਕਟਰਾਂ ਵਾਲਾ ਕੋਟ ਪਾ ਕੇ ਤੇ ਸਟੈਥੋਸਕੋਪ ਸਕੋਪ ਲਾ ਕੇ ਵੇਖਦਾ ਹੁੰਦਾ ਸੀ ਕਿੱਥੋਂ ਲੀਕ ਉਹਨੂੰ ਡੱਕੇ ਦੇ ਉੱਤੇ ਲਾ ਲਾ ਕੇ ਚੱਕ ਤੇ ਨਾਲ ਡੱਕੇ ਨੂੰ ਕਹਿ ਰਿਹਾ ਉਂਝ ਲੰਬੇ ਲੰਬੇ ਸਾਹ ਲਓ ਮੁਗਲ ਸੀਗਾ ਤੇ ਡੱਕਾ ਖੋਲ ਕੇ ਤੇ ਬਾਹਰ ਨਿਕਲ ਕੇ ਤਾੜੀ ਮਾਰ ਕੇ ਕਹਿੰਦਾ ਡੱਕਣ ਲਗਾ ਦੋ ਇਹਦਾ ਦਾਦਾ ਕਿਤੇ ਕਹਿੰਦੇ ਥੱਲੇ ਬਣਾ ਦਾ ਨਾ ਗਟਰ ਦੇ ਉੱਤੇ ਗਲੋ ਕੇ ਨਾ ਤੇ ਉਹਨੂੰ ਕਹਿ ਰਿਹਾ ਯਲਗਾਰ ਹੋ ਲਗਾਰ ਲਗਾਰ ਇੱਕ ਗਟਰ ਸਾਫ਼ ਕਰਕੇ ਨਿਕਲੇ ਹੀ ਤੇ ਬਿੱਲੀ ਫੜ ਕੇ ਉਹਦੇ ਨਾਲ ਮੂੰਹ ਸਾਫ਼ ਕਰਤੀ ਬਿੱਲੀ ਨੇ ਮੂੰਹ ਸਾਫ਼ ਕਰਤੀ ਕਰਤੀ ਭਾਈ ਉਹਨੇ ਹਾਂ ਇਹਨਾਂ ਦੇ ਘਰ ਮੁਗਲਾਂ ਦਾ ਵੀ ਟਰੈਕ ਤੇ ਨਾਲ ਬੱਚੇ ਕਹਿੰਦੇ ਹੁੰਦੇ ਡੱਕੇ ਅਦਬ ਇੱਕ ਡੱਕੇ ਚ ਤਖਤੀ ਫਸੀ ਸੀ ਤੇ ਬਾਹਰ ਆ ਕੇ ਤਖਤੀ ਫੜ ਕੇ ਕਹਿੰਦਾ ਮੁਗਲ ਬਣ ਕੇ ਕਹਿੰਦਾ ਤਖਤੀਆ 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 ਗਟਰ ਖੋਲਣ ਦਾ ਜਿਹੜਾ ਇਹਨਾਂ ਨੂੰ ਆਰਡਰ ਆਉਂਦਾ ਸੀ ਨਾ ਉਹ ਐਂ ਕਰਕੇ ਨੀ ਜਿਹੜਾ ਖੱਤ ਖੁੱਲਦਾ ਉੱਤੇ ਆਉਂਦਾ ਸੀ ਲਓ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਥੈਂਕ ਯੂ ਲਵ ਯੂ ਫਿਰ ਤੁਹਾਡਾ ਕੱਲ੍ਹ ਮੁਲਾਕਾਤ ਹੋਏਗੀ ਪਾਕਿਸਤਾਨ ਜ਼ਿੰਦਾਬਾਦ।